सदके जाए पकाने निकल आए बेटी का। चलो अच्छा मूह एडा का थले पकाने एडे लमकन दे दस इलाज करा बेटे बहुते वे बीमारी होंगी मिठे खाने अज भी कसम नहीं तोड़ी कि नहा लेंदा तौबा ये डेकोरेशन की जी मार्केट सजी है मैं अपने आप सजाया वा इन्हे गल कि नहा सौ को सारा टाइम गुजारे कि बच्चा दिया सुता ही रहा मैं 24 घंटे सही गल सुनी खा जी कैसी लंघी थोड़ी मैं कहना कीमा मजा आ गया चाह बना दे पुत्र बन गई बन चाह बना दे लो जी मेरे लो थानू टरू मुबारक मेरे लो भी थानू मरो किते मुबारक। अच्छा पाजी मैं एक सवाल थानू पूछना चाहना है। पूछ बेटा पूछ। ए जेड़े लोग सो के ईद गुजार दिंदे ने ए क्यों जाया कर दिंदे इस दिन यार सो के वो बंदा गुजारदा वा जेड़ा बेचारा रूह तो थक जांदा मेरे हिसाब नाल सही गल जिसम तो नहीं सारा साल बच्चों का ढिड पाल पाल के पाल पाल के छुट्टी कोई नहीं बीमार भी होवे नु दुकान ते जाना पैंदा दफ्तर जाना पैंदा दवाई नाल लैके बड़े बड़े साडे पेशेंट ऐसे ने बेचारे जिन्हों का बनता ही नहीं कि भी वह करो जान बार काम से लेकिन वह जाते ने अपने बच्चों का हालात की वजह तो ईद एक ऐसा दिन भी जिथे फिर वह बेचारे सौन भी ना यार पूरे साल का हूँ बड़े बंदे ने ईद पढ़ के आके सौ जाते हैं शाम को उठते आराम ना तीन दिन नींद पूरी करते ने और नींद साल की होंगी पूरी बड़े फायदे बच्चों ईदी नहीं देनी पैंदी। अच्छा वैसे मैं तुम दसा बच्चों का हिसाब ਤੀਆਂ ਪੁੱਤਰ ਹੁੰਦੇ ਨਾ ਬੰਦੇ ਦੇ ਵੀ ਦੋ ਮੁੰਡੇ ਆ ਦੋ ਕੁੜੀਆਂ ਤਿੰਨ ਮੁੰਡੇ ਇੱਕ ਕੁੜੀ ਇੱਕ ਮੁੰਡਾ ਤਿੰਨ ਕੁੜੀਆਂ ਇਦਾਂ ਜਦੋਂ ਤੁਸੀਂ ਸੁੱਤੇ ਹੋਵੋ ਨਾ ਜਿਹੜਾ ਪੁੱਤਰ ਹੁੰਦਾ ਨਾ ਤੁਹਾਡਾ ਸਾਰੇ ਉਹਨੂੰ ਡਰ ਹੁੰਦੇ ਨੇ ਪਿਓ ਵੱਲੋਂ ਪਾਪਾ ਸੋਏ ਆ ਜਗਾਣਾ ਨਹੀਂ ਪਾਪਾ ਤੀਆਂ ਜਦੋਂ ਮਰਜ਼ੀ ਆ ਕੇ ਤੁਹਾਨੂੰ ਲਾਭਾ ਕਰਕੇ ਕਹਿੰਦੀਆਂ ਉੱਠ ਪਾਪਾ ਇਹਨੂੰ ਪਾਪਾ ਨੇ ਇਹਨੂੰ ਕੁਛ ਨੀ ਕਹਿਣਾ ਇਹ ਮੈਂ ਤੁਹਾਨੂੰ ਹਕੀਕਤ ਗੱਲ ਦੱਸ ਰਿਹਾ ਇਦਾਂ ਹੀ ਆ ਜੀ ਜਿਹੜੀਆਂ ਤੀਆਂ ਹੁੰਦੀਆਂ ਨੇ ਨਾ ਸਤਾਰ ਜੀ ਉਹ ਭਾਵੇਂ ਤੁਸੀਂ ਹਫਤੇ ਬਾਅਦ ਆ ਕੇ ਸੁੱਤੇ ਹੋਵੋ ਘੰਟੇ ਬਾਅਦ ਉਠਾ ਲੈਣਾ ਤੁਹਾਡੀ ਜ਼ਰੂਰਤ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਦਬਕਾ ਮਾਰ ਜੋ ਸਹੀ ਹੈ ਦਬਕੇ ਸਾਡੇ ਜੋਗੇ ਬਸ ਹਾਂ ਬਸ ਦਬਕੇ ਪੁੱਤਰਾਂ ਜੋਗੇ ਮਾਰਾ ਪੁੱਤਰਾਂ ਜੋਗੀਆਂ ਮੇਰੇ ਬਾਲਕ ਸਾਹਿਬ ਹਾਏ ਗੈਲਰੀ ਬੰਨ ਕੇ ਮੈਨੂੰ ਉੱਥੇ ਹੱਥਾਂ 'ਚ ਸਿੱਟ ਆਉਂਦੇ ਹੁੰਦੇ ਸੀ ਓ ਭਾਈ ਉੱਤੇ ਗੈਲਰੀ 'ਚ ਹੱਥ ਬੰਨ ਕੇ ਹਾਂ ਹੱਥ ਬੰਨ ਕੇ ਮੈਨੂੰ ਗੈਲਰੀ 'ਚ ਸਿੱਟ ਆਉਂਦੇ ਸੀ ਯਕੀਨ ਕਰ ਭਲਾ ਕਿੱਦਾਂ ਕਿੱਦਾਂ ਇੰਜ ਹੱਥ ਬੰਨਦੇ ਸੀ ਆ ਵੇਖ ਮੇਰੇ ਬੱਜੇ ਹੱਥੀ ਜਾਂ ਗੈਲਰੀ 'ਚ ਚਲਾ ਜਾ ਇੰਜ ਸੀੜੀਆਂ ਦੇ ਦਰਮਿਆਨ ਇੰਜ ਜਾ ਕੇ ਉਧਰ ਨੂੰ ਮੈਂ ਵੇਖਦਾ ਹੀ ਨਹੀਂ ਸੀ ਮੈਂ ਪੌੜੀਆਂ ਚੜ੍ਹਨੀ ਆ ਨਾ ਤੇ ਉਹ ਗੈਲਰੀ ਆ ਗਈ ਤੇ ਮੈਂ ਐਵੇਂ ਕਰ ਲੈਣਾ ਐਵੇਂ ਮੈਂ ਕੋਈ ਗਾਣਾ ਗਾਉਣ ਲੱਗ ਪੈਣਾ ਵੀ ਬੀਬੀ ਨੂੰ ਕਨਫਰਮ ਹੁੰਦਾ ਸੀ ਵੀ ਇਧਰ ਕੁਛ ਹੈ ਤੇ ਜਦੋਂ ਮੇਰੇ ਕੋਲ ਗਲਤੀ ਹੋਣੀ ਮੇਰੇ ਅੱਬੇ ਨੇ ਮੈਨੂੰ ਬੰਨ ਕੇ ਉਸੇ ਗੈਲਰੀ 'ਚ ਸਿੱਟ ਕੇ ਉੱਥੋਂ ਤੁਸੀਂ ਡਰਦੇ ਸੀ ਮੈਂ ਡਰਦਾ ਬੇਟੇ ਉਹਨੇ ਮੈਨੂੰ ਅੱਬੇ ਮੇਰੇ ਨੇ ਚੁੱਕਣਾ ਹੱਥ ਪੈਰ ਬੰਨ ਕੇ ਹਾਂ ਵੀ ਕਰੇਗਾ ਅੱਗੇ ਤੋਂ ਇੱਦਾਂ ਇੱਕ ਮਿਸਾਲ ਕੋਈ ਵੀ ਗਲਤੀ ਉਹਨੇ ਚੁੱਕਣਾ ਚੁੱਕ ਕੇ ਉਹਨੇ ਗੈਲਰੀ ਜਾ ਰਿਹਾ ਤੇ ਗੈਲਰੀ ਦੇ ਆਉਣ ਤੋਂ ਪਹਿਲੇ ਮੇਰੀ ਰੂਹ ਪ੍ਰਵਾਸ ਕਰ ਜਾਂਦੀ ਸੀ ਮੈਂ ਰੂਹ ਬਾਹਰ ਛੱਡ ਜਾਂਦਾ ਸੀ ਮੈਂ ਰੂਹ ਬਾਹਰ ਰਹਿ ਜਾਂਦਾ ਸੀ ਅੱਬਾ ਮੇਰਾ ਜਿੱਦਾਂ ਮੈਨੂੰ ਅਮਨਾ ਮਾਨ ਪੇਟੀ 'ਤੇ ਰੱਖਦਾ ਸੀ ਨਾ ਬਈ ਹਰਾਮ ਆ ਇੱਕ ਸੂਤਰ ਵੀ ਮੈਂ ਇੱਧਰ ਉੱਧਰ ਹੋਵਾਂ ਮੈਂ ਕਿਹਾ ਇੱਥੇ ਜਿੰਨ ਹੈਗੇ ਨੇ ਜਿਨ੍ਹਾਂ ਨੂੰ ਇਹ ਹੀ ਲੱਗੇ ਵੀ ਕੋਈ ਗੱਠਰੀ ਪਈ ਆ ਮੈਂ ਸਾਹ ਹੀ ਨਹੀਂ ਸੀ ਲੈਣਾ ਹਿੱਲਣ ਦਾ ਹੀ ਨਹੀਂ ਸੀ ਕਸਮੇ ਬਈ ਅੱਧੇ ਪੌਣੇ ਘੰਟੇ ਬਾਅਦ ਮਾਂ ਮੇਰੀ ਨੇ ਮਾਂ ਨੂੰ ਫਿਰ ਟੈਨਸ਼ਨ ਹੁੰਦੀ ਆ ਮਾਂ ਨੇ ਦੇਖਣਾ ਵੀ ਇਹ ਕਿਤੇ ਬਾਹਰ ਨਿਕਲੇ ਅੱਬਾ ਮੇਰਾ ਤੇ ਮੈਂ ਜਾ ਕੇ ਤੈਨੂੰ ਲਿਆਵਾਂ ਜਾਂ ਫਿਰ ਮੈਨੇ ਕਹਿੰਦਾ ਚਲੋ ਕੋਈ ਨੀ ਲੈ ਉਹ ਡਰਦਾ ਤੁਹਾਨੂੰ ਪਤਾ ਨਹੀਂ ਕਰਦਾ ਅੱਗੇ ਤੋਂ ਨਹੀਂ ਨਹੀਂ ਰਹਿਣ ਦੇ ਜਰਾ ਰਹਿਣ ਦੇ ਜਰਾ ਅੱਧਾ ਘੰਟਾ ਘੰਟਾ ਇਹਨੂੰ ਪਤਾ ਲੱਗੇ ਇਹਦਾ ਨਾਲੇ ਡਰ ਲੱਥੂਗਾ ਅੱਗੇ ਕਹਿੰਦੀ ਉਹ ਡਰ ਉਹਦਾ ਕੀ ਲੱਤਣਾ ਉਹ ਤੇ ਤੂੰ ਜਾ ਕੇ ਵੇਖ ਲਾ ਮਿੱਟੀ ਹੋਇਆ ਹੋਣਾ ਠੀਕ ਆ ਨਾ ਤਾਂ ਜੀ ਫਿਰ ਅੱਬੇ ਨੇ ਆਉਣਾ ਅੱਬੇ ਨੇ ਉੱਦਾਂ ਹੀ ਚੁੱਕਣਾ
ਇਹ ਵੀ ਨੀ ਬੇਬੇ ਨੇ ਕਹਿਣਾ ਚੱਲ ਹੋਏ ਤੇ ਮੈਂ ਉੱਠ ਉੱਠ ਪਿਆ ਮੈਂ ਕਹਿੰਦਾ ਜਿਨ੍ਹਾਂ ਨੇ ਕਹਿਣਾ ਉਹ ਸਾਨੂੰ ਗੇੜਾ ਦਿੱਤਾ ਇਹ ਤੁਸੀਂ ਗੱਠੜੀ ਸਮਝਦੇ ਰਹੇ ਤੇ ਫੇਰ ਵੀ ਆਉਣਾ ਜਾਣਾ ਭਾਈ ਇੱਥੇ ਅੱਬੇ ਦਾ ਕੀ ਪਤਾ ਕੱਲ ਨੂੰ ਫੇਰ ਕੋਈ ਗਲਤੀ ਹੋ ਜੇ ਆਹੋ ਉਹ ਫਿਰ ਉਹਨੇ ਉਦਾਂ ਹੀ ਚੁੱਕਣਾ ਮੈਨੂੰ ਬਾਹਰ ਆ ਕੇ ਫਿਰ ਮੈਂ ਜਿਹੜੀ ਰੂਹ ਬਾਹਰ ਛੱਡ ਕੇ ਗਿਆ ਸੀ ਉਹ ਮੈਂ ਆਪਣੇ ਅੰਦਰ ਦੁਬਾਰਾ ਪਾਉਣੀ ਪਾ ਕੇ ਤੇ ਫਿਰ ਮੈਂ ਹੋਰ ਕੇ ਥੱਲੇ ਜਾਣਾ ਇਹ ਗੈਲਰੀਆਂ ਹੁੰਦੀਆਂ ਉਹ ਕਰਦੇ ਕਈ ਪਿਓ ਬਹੁਤ ਬਹੁਤ ਜ਼ਾਲਮ ਸਜ਼ਾਵਾਂ ਦਿੰਦੇ ਆ ਫਰੀਦ ਖਾਨ ਸਹੀ ਗੱਲ ਸਹੀ ਗੱਲ ਇਹਦੇ ਵਾਲਦ ਨੇ ਮੈਨੂੰ ਬਹੁਤ ਸਖ਼ਤ ਸਜ਼ਾਵਾਂ ਦਿੱਤੀਆਂ ਕੀ ਉਹ ਇਹਨੂੰ ਬੰਨ ਕੇ ਬਾਸਕਿਟ 'ਚ ਸੁੱਟ ਆਉਂਦਾ ਸੀ ਅੱਛਾ ਜੇ ਤਾਂ ਇਹਨੂੰ ਕਦੀ ਗੈਲਰੀ ਵਾਲੀ ਸਜ਼ਾ ਮਿਲੀ ਨੀ ਕਿਉਂ ਉਹ ਇਹ ਰਹਿੰਦੀ ਗੈਲਰੀ 'ਚ ਸਾਰੇ ਇਹਦੀ ਇਹਨੂੰ ਜਦੋਂ ਸਜ਼ਾ ਮਿਲਦੀ ਸੀ ਤਾਂ ਇਹਦਾ ਆਪਾਂ ਇਹਨੂੰ ਗੈਲਰੀ 'ਚੋਂ ਕੱਢ ਲਿਆਉਂਦਾ ਸੀ ਅੱਛਾ ਇਹਦੇ ਅੱਬੇ ਨੇ ਸਜ਼ਾ ਦਿੱਤੀ ਇਹਨੂੰ ਗੈਲਰੀ 'ਚ ਰੱਖਿਆ ਅੱਬਾ ਜੀ ਬਾਹਰ ਆਏ ਨੇ ਜਿੰਨ ਮਗਰ ਆ ਕੇ ਕਹਿੰਦੇ ਚਾਚਾ ਜੀ ਇਹਦਾ ਅੱਬਾ ਕਹਿੰਦਾ ਹਾਂਜੀ ਉਹਨੇ ਕਿਹਾ ਚਾਚਾ ਜੀ ਕੀ ਗਲਤੀ ਕੀਤੀ ਇਹਨੇ ਉਹਨੇ ਕਿਹਾ ਪੁੱਤਰ ਇਹ ਵਾਰਾ ਫਿਰਦਾ ਬੱਚਿਆਂ ਨਾਲ ਉਹਨੇ ਕਿਹਾ ਅੱਛਾ ਇਹਨੇ ਗਲਤੀ ਕੀਤੀ ਉਹਨੇ ਕਿਹਾ ਤੇ ਸਾਨੂੰ ਕਾਹਦੀ ਸਜ਼ਾ ਵਾ ਮੇਰੀ ਫੁੱਫੀ ਦੇ ਘਰ ਨਾ ਉੱਪਰ ਪੋਰਸ਼ਨ ਦੇ ਵਿੱਚ ਨਾ ਮੇਰੇ ਵਾਲਦ ਸਾਹਿਬ ਕੰਮ ਕਰਦੇ ਹੁੰਦੇ ਸੀ ਖੋਪਰੇ ਦਾ ਨਾ ਉਹਨੂੰ ਕੋਈ ਕਰਕੇ ਤੇ ਉਹਨੂੰ ਲੇ ਉੱਥੇ ਅਕਸਰ ਉਹ ਆਪਣਾ ਗੋਦਾਮ ਟੈਪ ਸੀ ਸੱਚੀ ਮੁੱਚੀ ਰਦਾਬਾਦ 14 ਨੰਬਰ ਗਲੀ 'ਚ ਸਾਡੇ ਰਦਾਬਾਦ ਸਾਡੇ ਤੇ ਜਨਾਬ ਜੀ ਇੱਕ ਦਿਨ ਮਜ਼ਾਕ ਨਾਬੂ ਨੇ ਕਹਿ ਦਿੱਤਾ ਆਪਣਾ ਮਕਾਨ ਉਹਨਾਂ ਦਾ ਤੇ ਮਜ਼ਾਕ ਨਾਬੂ ਨੇ ਕਿਹਾ ਥੱਲੇ ਆ ਕੇ ਨਾ ਉਹਨੂੰ ਕਹਿੰਦੇ ਆਪਣੀ ਭੈਣ ਨੂੰ ਫੁੱਫੀ ਮੇਰੀ ਨੂੰ ਕਿ ਗੱਲ ਇਹ ਆ ਵੀ ਉੱਤੇ ਨਾ ਉਹ ਜਿੰਨ ਨੇ ਕਿ ਦੋ ਚਾਰ ਤੇ ਉਹ ਮੇਰੇ ਦੋਸਤ ਬਣ ਗਏ ਨੇ ਤੂੰ ਕਹਿੰਦੇ ਯਾਰ ਸਾਨੂੰ ਬੜੀ ਤਕਲੀਫ਼ ਹੁੰਦੀ ਆ ਕਿ ਤੂੰ ਆ ਕੇ ਇੱਥੋਂ ਆਹ ਕੰਮ ਕਰਦਾ ਜੀ ਤਾਂ ਕਹਿ ਕੇ ਨਿਕਲ ਗਏ ਨੇ 15 ਦਿਨਾਂ 'ਚ ਦਾਦੀ ਨੇ ਫੁੱਫੀ ਨੇ 3.5 ਲੱਖ ਸਸਤਾ ਹੀ ਮਕਾਨ ਵੇਚਤਾ ਪੁੱਛਿਆ ਵੀ ਨੀ ਕਿਸੇ ਨੂੰ ਉਹਨੇ ਕਿਹਾ ਰਹਿਣਾ ਹੀ ਨਹੀਂ ਉਦੋਂ 12-13 ਲੱਖ ਰੁਪਏ ਦਾ ਭਾਣ ਚੰਗਾ ਭਲਾ ਮਕਾਨ ਸੀ ਤੇ 8-9 ਦਾ ਵੇਚ ਗਈ ਮੇਰੇ ਅੱਬੇ ਦੀ ਗੱਲ ਤੋਂ ਮੇਰਾ ਅੱਬਾ ਕਹਿੰਦਾ ਤੂੰ ਪਾਗਲ ਆ ਕਹਿੰਦੀ ਨਹੀਂ ਭਾਵੇਂ ਤੂੰ ਹੁਣ ਮੈਂ ਮੰਨ ਵੀ ਜਾਵਾਂ ਵੀ ਤੂੰ ਮਜ਼ਾਕ ਕਰਦਾ ਸੀ ਪਰ ਮੈਨੂੰ ਡਰ ਨਹੀਂ ਜਾਣਾ ਹੁਣ ਭਾਈ ਉਹਨੇ ਵੇਚਤਾ ਮਕਾਨ ਇੰਨੀ ਗੱਲ ਤੋਂ ਇਸ ਤੋਂ ਭਾਈ ਐਵੇਂ ਨੀ ਕਿਸੇ ਨੂੰ ਕਹੀਦਾ ਜਾਨੀ ਖਾਂ ਇਹ ਜਿਹੜਾ ਦਾਨਿਸ਼ ਹੈ ਇਹਦਾ ਵੱਲ ਦੇ ਤੋਂ ਬਹੁਤ ਤੰਗ ਸੀ ਜਦੋਂ ਇਹ ਪੈਦਾ ਹੋਇਆ ਉਹਨੇ ਵੇਖਿਆ ਉਹਨੇ ਦੀ ਬਿਬ ਨਾਲ ਆਖਨਾਮਾ ਬੰਨ ਕੇ ਨਿਕਲ ਗਿਆ ਬੇਵਕੂਫ ਮੈਂ ਦਾਨਿਸ਼ ਹੈ ਹੀ ਨਹੀਂ ਮੇਰਾ ਨਾਂ ਹੀ ਤਾਜ ਹੈ ਚਾਚੇ ਦਾ ਤਾਜ ਜਦੋਂ ਪੈਦਾ ਹੋਇਆ ਇਹਦੇ ਅੱਬੇ ਨੇ ਇਹਨੂੰ ਫੜ ਕੇ ਹਸਪਤਾਲ ਦੇ ਇੱਕ ਵਾਰਡ 'ਚ ਜਾ ਕੇ ਕਿਹਾ ਵਟਾਉਣਾ ਇਹ ਜਦੋਂ ਪੈਦਾ ਹੋਇਆ ਇਹਦੇ ਅੱਬੇ ਨੇ ਚੁੱਕ ਕੇ ਵੇਖ ਕੇ ਕਹਿੰਦਾ ਬੜੇ ਹਰਾਮੀ ਹੋ ਬੇਟਾ ਚਾਚਾ ਤਾਜ ਜੁੜਵਾਂ ਪੈਦਾ ਹੋਏ ਸੀ ਅੱਛਾ ਜੀ ਇਹਦੇ ਜਿਹੜੇ ਜੈਨਵਣੇ ਦੀ ਜਗ੍ਹਾ ਤੇ ਪੈਦਾ ਹੋਏ ਸੀ ਨਾ ਉਹ ਜੁੜਵਾਂ ਸੀ ਉਹ ਕਿੱਦਾਂ ਦੇ ਹੋਣਗੇ ਵੀ ਇਹਦੇ ਅੱਬੇ ਨੇ ਉਹ 2 ਦੇ ਕੇ ਆ 1 ਲਿਆ ਚਾਚਾ ਤਾਜ ਇੰਨਾ ਬਦਮੀ ਸੀ ਆਪਣੇ ਅੱਬੇ ਨੂੰ ਵੀ ਏਦਾਂ ਬਾਬਾ ਜੀ ਓਏ ਨਹੀਂ ਨਹੀਂ ਇਹਨੂੰ ਜਦੋਂ ਗੈਲਰੀ ਸਿੱਟਦੇ ਸੀ ਨਾ ਤੇ ਜਿੰਨ ਨੂੰ ਐਸਾ ਧਮਾਕਾ ਆਉਂਦਾ ਸੀ ਬੋ ਦਾ ਇਹਨੂੰ ਇੱਕ ਦਿਨ ਗੈਲਰੀ ਸਿੱਟਿਆ ਉਸ ਤੋਂ ਅਗਲੇ ਦਿਨ ਜਦੋਂ ਗਲਤੀ ਕਰਨ ਲੱਗਦਾ ਸੀ ਨਾ ਗਰਾਊਂਡ 'ਚ ਜਾਣ ਲੱਗਦਾ ਖੇਲਣ ਜਿੰਨ ਗਲੀ 'ਚ ਰੋਕ ਲੈਂਦੇ ਸੀ ਨਹੀਂ ਜਾਣਾ ਇਹ ਸਾਨੂੰ ਭੁਗਤਣੀ ਪੈਂਦੀ ਬਾਅਦ 'ਚ ਕਿਉਂਕਿ ਰਾਤ ਨੂੰ ਚਾਚਾ ਜੀ ਨੇ ਆ ਕੇ ਤੈਨੂੰ ਗੈਲਰੀ ਸਿੱਟਣਾ ਵਾ ਤੇ ਅਸੀਂ ਸਾਰੀ ਰਾਤ ਸੌ ਨਹੀਂ ਸਕਣਾ ਮੈਂ ਨਹੀਂ ਤੈਨੂੰ ਕੋਈ ਗਲਤੀ ਕਰਨ ਦੇਣੀ ਉਹ ਜਿਨ੍ਹਾਂ ਨੇ 30 ਅਰਗਾ ਕਰਤਾ ਇਹਨੂੰ ਸਿਰਫ ਆਪਣੀ ਗੈਲਰੀ ਬਚਾਉਣ ਲਈ ਜਿਨ੍ਹਾਂ ਨੇ ਨਹੀਂ ਮੈਨੂੰ ਪਰੀਆਂ ਨੇ ਸਮਝਾਇਆ ਸੀ ਮੈਂ ਉਹਨਾਂ ਦੀ ਫਿਰ ਮੰਨ ਲਈ ਹਾਂਜੀ ਫੁੱਲ ਭਰੀਆਂ ਨੇ ਗੁੱਸੇ ਨਾਲ ਉਹ ਇਹਦੀਆਂ ਪਰੀਆਂ ਇਹਦੇ ਦਾ ਆਪਾਂ ਬੰਨ ਕੇ ਇਹਨੂੰ ਲੈ ਕੇ ਜਾਂਦਾ ਸੀ ਤਾਂ ਜਿੰਨ ਰੌਲਾ ਪਾ ਦਿੰਦੇ ਉਹ ਫੜੇ ਗਏ ਉਹ ਬਚੋ ਉਹ ਮਰ ਗਏ ਉਹ ਲੁੱਟੇ ਗਏ ਭਾਜੀ ਇਹਨੂੰ ਪਦੇਸ਼ੀ ਜਿੰਨ ਚਿੰਬੜੇ ਸੀ ਹਾਂਜੀ ਜਦੋਂ ਨਰਸ ਨੇ ਲਿਆ ਕੇ ਫੜਾਇਆ ਨਾ ਅੱਬੇ ਨੂੰ ਕਿਹਾ ਲੋ ਮੁੰਡਾ ਅੱਬੇ ਨੇ ਜਦੋਂ ਦੇਖਿਆ ਤੇ ਇਹਦੇ ਨਾਲ ਇਹਨੇ ਛੋਟੇ ਛੋਟੇ ਕਿੰਨੇ ਜਿੰਨ ਚੰਬੜੇ ਸੀ ਨਾਲ ਚਾਚੇ ਤਾਜ ਨੂੰ ਇਹਦਾ ਆਪਾਂ ਗੈਲਰੀ ਦੇ ਸੁੱਟਣ ਗਿਆ ਤੇ ਸਿਆਣੇ ਜਿੰਨ ਨੇ ਫੜ ਲਿਆ ਕਹਿੰਦਾ ਉਹ ਵੇਖ ਸਾਡਾ ਘਟੀਆ ਤੋਂ ਘਟੀਆ ਬੱਚਾ ਵੀ ਏਦਾਂ ਦਾ ਨਹੀਂ ਹੈਗਾ ਹਾਂਜੀ ਚਾਚੇ ਤਾਜ ਨੂੰ ਜਿੰਨ ਚਿਮਰ ਗਿਆ ਉਹਦੀ ਚਿਮਰਨ ਨਾਲ ਹੀ ਸ਼ਕਤੀ ਚਲੇਗੀ ਚਾਚੇ ਤਾਜ ਨੂੰ ਇੰਨਾ ਜਿੰਨ ਚਿਮੜਿਆ ਉਹਦੀ ਚੇਪੀ ਖਰਾਬ ਹੋ ਗਈ ਚਿਮੜਨ ਵਾਲੀ ਅੱਜ ਜਿੰਨ ਜਿਹੜਾ ਜਿਹਨੂੰ ਚਿਮੜਨਾ ਹੁੰਦਾ ਸੀ ਉਹਦੇ ਤੇ ਗਿਲੂ ਸੁੱਟਦਾ ਸੀ ਹਕੀਮ ਨੂੰ ਜਿੰਨ ਚਿਮੜਿਆ ਦਮ ਕਰਾਣ ਗਿਆ ਨਾਲ ਬੋਰਾ ਲੈ ਗਿਆ ਬਾਬੇ ਨੂੰ ਕਹਿੰਦਾ ਜਿੰਨ ਕੱਢ ਕੇ ਇਹਦੇ ਚ ਪਾ ਦੋ ਜੀ
ਹਾਂ ਆਬਾਸ ਨੂੰ ਜਿੰਨ ਚਿਵੜਿਆ ਇੰਨਾ ਭੁੱਖਾ ਰਹਿੰਦਾ ਸੀਗਾ ਇਹ ਤੁਰਿਆ ਜਾਣ ਜਿੰਨ ਬਾਕੀ ਰੇੜੀਆਂ ਦੇ ਹੱਥ ਮਾਰਦਾ ਜਾਵੇ ਇੰਜ ਕਰਕੇ ਜਿੰਨ ਖਾ ਲਿਆ ਹਕੀਮ ਨੂੰ ਪਾਈ ਹੈ ਕਿ ਸ਼ਰਾਰਤੀ ਜਿੰਨ ਚੰਬੜ ਗਿਆ ਆਹੋ ਉਹ ਇਹਨੂੰ ਚੰਬੜ ਕੇ ਉਹਨੇ ਮੱਝ ਦਾ ਬਾਲਾ ਕੱਢਿਆ ਤੇ ਆਪ ਵਿੱਚੋਂ ਨਿਕਲ ਗਿਆ ਮੱਝੇ ਦੇ ਉੱਤੇ ਆ ਅਬਾਸ ਨੂੰ ਜਿੰਨ ਚਿਮੜਿਆ ਬਾਹਰ ਚੱਲਿਆ ਦੀ ਅੰਮੀ ਪਿੱਛੋਂ ਕਹਿੰਦੀ ਜਿੰਨ ਨਾ ਸੁੱਟ ਲਈ ਬਾਬੇ ਕੋ ਗਿਆ ਤੈਨੂੰ ਦੱਸਣਾ ਨੀ ਆਇਆ ਕੀ ਦੱਸੀ ਦਾ ਜਾ ਕਹਿੰਦਾ ਬਾਬਾ ਜੀ ਮੈਂ ਦੋ ਹਾਂ ਬਾਬਾ ਜੀ ਮੈਂ ਨਾ ਦੋ ਜਣੇ ਆ ਇੱਕ ਗੱਲ ਨੋਟ ਕੀਤੀ ਤੁਸੀਂ ਹਕੀਮ ਦੇ ਵਾਲ ਤਾਂ ਦੇਖੋ ਅੱਜ ਆਏ ਹਕੀਮ ਨੂੰ ਵੀ ਜਿੰਨ ਚਿੰਬਰਿਆ ਇਹ ਕਢਾਣ ਗਿਆ ਨਾਲ ਮੋਬਾਈਲ ਵੀ ਕਢਾ ਆਇਆ ਸਹੀ ਗੱਲ ਇਹਨੂੰ ਜਿੰਨ ਚਿੰਬੜ ਗਏ ਤੇ ਬਾਬੇ ਕੋ ਗਿਆ ਉਹਨੇ ਕੱਢਤਾ ਚਿੰਨ ਕੱਢਤਾ ਤੇ ਘਰ ਆਇਆ ਤੇ ਫਿਰ ਜਿੰਨ ਵੇਚੀ ਉਹਨੂੰ ਕਹਿੰਦਾ ਤੈਨੂੰ ਕੱਢਿਆ ਨੀ ਬਾਬੇ ਨੇ ਕਹਿੰਦਾ ਉਹਨੇ ਕੱਢਿਆ ਸੀ ਮੈਂ ਪਿਛਲੇ ਚੌਂਕ ਚ ਫੇਰ ਚੰਬੜ ਗਿਆ ਤੈਨੂੰ ਚਾਚੇ ਤਾਜ ਨੂੰ ਵੀ ਜਿੰਨ ਚਿੰਬੜ ਗਿਆ ਤੇ ਇੰਨਾ ਪਿਆਰ ਹੋ ਗਿਆ ਤੇ ਇਹਨੂੰ ਵਿਆਹ ਦੇ ਕਾਰਡ ਵੀ ਏਦਾਂ ਦਿੰਦੇ ਸੀ ਚਾਚਾ ਤਾਜ ਬਮਾ ਹੈਲੋ ਜਿੰਨ ਇਹ ਜਾਨੀ ਸਾਹਿਬ ਕੋ ਡੀਜੇ ਸਿਸਟਮ ਲਵਾਓ ਕੋ ਸਾਊਂਡ ਸੂਣ ਕੋ ਓਏ ਇਹਨੂੰ ਲਾ ਲਾ ਪਾਗਲ ਆ ਤੂੰ ਕੀ ਕੀਤਾ ਲਾ ਇਹਨੂੰ ਡੈਕੋਰੇਸ਼ਨ ਹੁੰਦੀ ਡੈਕੋਰੇਸ਼ਨ ਤਿੰਨ ਬੰਨੇ ਜਾਂ ਦੋ ਵੀ ਹੁੰਦੇ ਤਾਂ ਚੱਲ ਠੀਕ ਅੱਲਾ ਮਾਫੀ ਦੇਵੇ ਲੇਕਿਨ ਐ ਨਹੀਂ ਮੈਂ ਲਾਉਣਾ ਮੇਰੀ ਨਿਸ਼ਾਨੀ ਆ ਤਾਜੀ ਉੱਤੋਂ ਵੇਖ ਉੱਤੋਂ ਸਰਦੀਆਂ ਦੇ ਵਿੱਚ ਪਾਏ ਪਕਾ ਉਹ ਬਿਲਕੁਲ ਤਾਂ ਚੜ ਗਈ ਤੇ ਨਾਲ ਲੱਗ ਗਏ ਸੀ ਹਾਂ ਨਹੀਂ ਸੋਹਣਾ ਸੀ ਜਵਾਨ ਮੁੰਡਾ ਇਹਨੇ ਹੋਰ ਜਵਾਨ ਹੋਣਾ ਸੀ ਮਸਰੂਫੀਅਤ ਦੀ ਵਜ੍ਹਾ ਤੋਂ ਇਹਦਾ ਕੱਦ ਛੋਟਾ ਰਹਿ ਗਿਆ ਘਰਾਂ ਦੀਆਂ ਫਿਕਰਾਂ ਲੈ ਕੇ ਬਹਿ ਗਈਆਂ ਹਕੀਮ ਸਾਹਿਬ ਹਾਂਜੀ ਸਹੀ ਗੱਲ ਉਹ ਪਾਰਕ 'ਚ ਤੂੰ ਤੇ ਦੋਵੇਂ ਫਿਕਰਾਂ ਬੈਠੇ ਸੀ ਹਨਾ ਇਹ ਸੌਂਦਾ ਬਹੁਤ ਆ ਇਹ ਜਿਸ ਦੌਰ 'ਚ ਤਾਰਕ ਅਜ਼ੀਜ਼ ਸ਼ੋਅ ਸਾਹਿਬ ਨਹੀਂ ਲੱਗਦੇ ਹੁੰਦੇ ਸੀ ਉਹ ਤਾਰਕ ਸ਼ੋਅ ਸਾਹਿਬ ਤਾਰਕ ਅਜ਼ੀਜ਼ ਸਾਹਿਬ ਦਾ ਸ਼ੋਅ ਤਾਰਕ ਅਜ਼ੀਜ਼ ਸੇ ਤਾਰਕ ਸ਼ੋਅ ਦਾ ਅਜ਼ੀਜ਼ ਸਾਹਿਬ ਲੱਗਦੇ ਸੀ ਹਾਂ ਇਹ ਤੇ ਇੰਨਾ ਸੌਂਦਾ ਸੀ ਇਹਦਾ ਤੇ ਇਹਦੇ ਪਿਓ ਦਾ ਇੱਟ ਸੁੱਤੇ ਦਾ ਵੈਰ ਸੀ ਇਹ ਜਦੋਂ ਸੁੱਤਾ ਹੁੰਦਾ ਨਾ ਇਹਦੇ ਲਾਗੇ ਕੋਈ ਆਉਂਦਾ ਫੌਰਨ ਬਹਿ ਜਾਂਦਾ ਉਹ ਘਰ ਦੇ ਪੁੱਛਦੇ ਇਹ ਬਹਿ ਕਿਉਂ ਗਏ ਕਹਿੰਦੇ ਜੀ ਮੈਂ ਸੁਣਿਆ ਸੁੱਤਾ ਵੇਖ ਕੇ ਬਹਿ ਜਾਓ ਵੇਖ ਕੇ ਤੇ ਬਹਿ ਤੁਸੀਂ ਜਿੱਥੇ ਜਾਂਦੇ ਹੋਵੇ ਅੱਗੇ ਸੁੱਤਾ ਹੋਵੇ ਨਾ ਤੇ ਉਹਦੇ ਵੇਖ ਕੇ ਬਹਿ ਜਾਓ ਇੱਕ ਬੰਦਾ ਆਇਆ ਕਹਿੰਦਾ ਆ ਕੀ ਕਹਿੰਦਾ ਇਹ ਨਸਲੀ ਸੁੱਤਾ ਯਾਰ ਇਹ ਕਿੱਦਾਂ ਕਹਿੰਦਾ ਭਲਾ ਇਹ ਤੇ ਇੰਜ ਸੌ ਜਾਂਦਾ ਅੱਛਾ 10 ਮਿੰਟ ਵੀ ਤੇ ਕੋਈ ਟਾਈਮ ਹੋਵੇ ਨਾ ਵਿੱਚੋਂ 8 ਮਿੰਟ ਸੌ ਜਾਂਦਾ ਯਾਨੀ ਇੰਜ ਲੰਮੇ ਪੈਂਦਾ ਸੌ ਜਾਂਦਾ ਆਪਣੀ ਮਰਜ਼ੀ ਨਾਲ ਜਿਵੇਂ ਲੋਕੀ ਕਹਿੰਦੇ ਨੀ ਕਿ ਉਵੇਂ ਲੋਕਾਂ ਨੂੰ ਕਹਿੰਦਾ ਉਹ ਯਾਰ ਮੈਂ ਇੱਕ ਮਿੰਟ ਨਾ ਛੋਟਾ ਖਵਾਬ ਕਰਿਆ ਮੈਂ ਇਹਨਾਂ ਦੇ ਮੂੰਹ ਅੱਗੇ ਲਿਖਿਆ ਵਾ ਛੋਟਾ ਖਾਬ 7 ਰੁਪਏ ਛੋਟਾ ਕੀ ਬਕਵਾਸ ਨਾ ਕਰ ਬਜ਼ੁਰਗਾਂ ਦਾ ਤੇਰੀ ਆ ਕਰਦਾ ਵਾ ਚਾਚਾ ਤਾਜ ਮੈਂ ਤੇਰੀ ਇੱਜ਼ਤ ਕਰਦਾ ਵਾ ਹਾਂ ਗੱਲਾਂ ਨੀ ਕਰਨੀਆਂ ਤੇਰੀ ਮਿਹਰਬਾਨੀ ਇਹਦੇ ਤੇ ਗਾਣੇ ਬਣੇ ਸੁੱਤੀ ਰਹਿ ਗਈ ਜੰਨਾ ਤਾਰਿਆਂ ਦੀ ਲੋ ਉਹ ਗਾਣਾ ਇੱਦਾਂ ਹੀ ਆ ਉੱਠੇ ਉੱਤੇ ਸੁੱਤਾ ਸਾਂ ਕੁੰਡੀ ਕੱਢ ਗਈ ਤੇ ਫਿਰ ਸੁੱਤਾ ਸਾਂ ਯਾਰ ਮੈਂ ਇਹਨੂੰ ਕਿਹਾ ਤੂੰ ਕਿਉਂ ਇੰਨਾ ਸੌਂਦਾ ਕਹਿੰਦਾ ਜਦੋਂ ਯਾਰ ਮੇਰੇ ਨਸੀਬ ਨਹੀਂ ਜਾਗਣ ਦੇ ਮੈਂ ਕਿਉਂ ਜਾਗਾ ਇਹਦੇ ਵਿਆਹ ਦੇ ਗਾਣਾ ਚੱਲਿਆ ਸੀ ਘੋੜੀ ਉੱਤੇ ਲਾੜਾ ਸੁੱਤਾ ਮੈਂ ਮਿੱਠੇ ਖਾ ਕੁਛ ਨੀ ਕਿਹਾ ਸਾਰਾ ਬੇੜਾ ਤੂੰ ਹੈਗਾ ਨਾਲ ਉਹਨਾਂ ਦਾ ਰਲ ਗਿਆ ਵਾ ਪਹਿਲੇ ਦਿਨ ਮਕਲਾਵਾ ਲੈ ਕੇ ਗਏ ਆ ਸਹੁਰੇ ਵਾਲ ਤੇ ਉਹ ਕਹਿੰਦੇ ਸਹੁਰਿਆਂ ਘਰ ਜਵਾਈ ਸੁੱਤਾ ਤੁਹਾਡੀ ਵਜ੍ਹਾ ਤੋਂ ਮੇਰੀ ਨੀਂਦ ਖਰਾਬ ਹੋਣ ਡਈ ਆ ਮੈਂ 10 ਮਿੰਟ ਇੱਥੇ ਬਹਿ ਕੇ ਸੌਣਾ ਸੀ ਹੁਣ ਨੂੰ ਓਏ ਹੋਏ ਹੋਏ
ਤੁਸੀਂ ਸਾਰਾ ਛੇੜ ਕੇ ਚਲ ਗਏ ਉਹਦਾ ਮੇਰਾ ਮਜ਼ਾਕ ਉਡਾਉਣ ਡਿਆ ਕਿਸ ਗੱਲ ਤੋਂ ਔਰ ਸੌਣ ਤੋਂ ਜ਼ਿਆਦਾ ਸੁੱਤੇ ਤੋਂ ਹਾਲੇ ਤੱਕ ਉਹੀ ਕਰੀ ਜਾ ਰਹੇ ਗੱਲਾਂ ਯਾਰ ਤੁਸੀਂ ਚੰਗਾ ਮੇਰਾ ਡਰਾਮਾ ਲਾਉਣ ਡਿਆ ਆ ਮੈਨੂੰ ਹਲਕਾ ਜਿਹਾ ਆਸਰਾ ਚਾਹੀਦਾ ਮੈਨੂੰ ਇਹ ਟੇਕ ਲੱਗੋ ਨਾ ਮੈਂ ਸੌ ਜਾਂਦਾ ਏਦਾਂ ਮੈਨੂੰ ਕੋਈ ਆਸਰਾ ਚਾਹੀਦਾ ਮੈਨੂੰ ਨੀਂਦ ਆ ਜਾਂਦੀ ਹੈ ਬਾਰਾ ਨਹੀਂ ਸੌਣਾ ਯਾਰ ਠੀਕ ਹੈ ਜੀ ਸਹੀ ਅੱਲਾ ਖੈਰ ਕਰੇ ਹੁਣ ਚਾਹ ਮੇਰਾ ਫੇਰ ਪੀਣ ਨੂੰ ਦਿਲ ਕਰੀ ਜਾ ਰਿਹਾ ਹੁਣ ਮੈਂ ਕੀ ਕਰਾਂ ਯਾਰ ਬਣਾ ਓ ਬਿਸਮਿਲ੍ਲਾ ਓਏ ਮੈਂ ਸਦਕੇ ਕਿਆ ਬਾਤ ਹੈ ਐਵੇਂ ਜਾਨੀ ਇਦਾਂ ਹੋ ਗਿਆ ਇਦਾਂ ਕਿਆ ਬਾਤ ਹੈ ਕਿਆ ਬਾਤ ਹੈ ਧੰਨ ਪਾਕ ਸਾਡੇ ਬਈ ਵਾਹ 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 ਭਾਜੀ ਕੀ ਹਾਲ ਇਦਾਂ ਹੋਣੀ ਆਸ਼ਾ ਬਰਾਤਾਂ ਤੇਰੇ ਨਾਲ ਸਾਡੀਆਂ ਸਾਰੀਆਂ ਹੀ ਗੱਲਾਂ ਬਾਤਾਂ ਤੇ ਹਾਏ ਓਏ ਮੈਂ ਕਿ ਸਦਕੇ ਜੀ ਕੂੜਾ ਧਰਨ ਰਹਿਣ ਆ ਗਏ ਆਏ ਮੈਂ ਸਦਕੇ ਦੀ ਵਾਹ ਤੁਹਾਨੂੰ ਕੁਝ ਕਹਿਣ ਆ ਗਏ ਬੱਚੇ ਲੰਮਿਆਂ ਪੈਣ ਆ ਗਏ ਵਾਹ 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 ਲੋਕੀ ਇਦਾਂ ਮਨਾਉਣ ਡਏ ਸੀ ਮੈਂ ਕਿਹਾ ਇਦਾਂ ਤੇ ਸੱਜਣਾ ਬਗੈਰ ਹੁੰਦੀਆਂ ਹੀ ਨਹੀਂ ਮੇਰਾ ਦਿਲ ਕੀਤਾ ਮੈਂ ਕਿਹਾ ਯਾਰ ਚੱਲ ਕੇ ਨਾ ਤੇ ਜਾਨੀ ਨੂੰ ਮਿਲ ਕੇ ਆਈਏ ਭੂਤ ਜਿਹੜਾ ਜੀ ਉਹ ਜਿਹੜਾ ਹਰ ਵੇਲੇ ਨਾ ਭੁੜਕਦਾ ਰਹਿੰਦਾ ਬੇਚੈਨ ਰਹਿੰਦਾ ਜਿਹੜਾ ਬੱਚੇ ਨੂੰ ਕਹਿੰਦੇ ਭੂਤ ਨੀ ਰਿਹਾ ਤੇ ਉਹ ਮਤਲਬ ਇਹ ਆ ਉਹ ਭੂਤ ਦੀ ਮੁਅੰਨਸ ਆ ਨਾ ਭੂਤ ਲੋਕ ਇਹਨੂੰ ਗਾਲ ਸਮਝਦੇ ਨਾ ਹਾਲਾਂਕਿ ਗਾਲ ਨਹੀਂ ਇਹ ਮੁਅੰਨਸ ਆ ਭੂਤ ਦੀ ਤੇ ਉਹ ਲੋਕ ਕਹਿੰਦੇ ਨੇ ਕਿ ਆਹ ਜਿਹੜਾ ਨਾ ਨਿਆਣਾ ਜਿਹੜਾ ਟਿਕਦਾ ਨਹੀਂ ਨਾ ਇਹ ਕਿਸੇ ਭੂਤਨੀ ਦਾ ਨਿਆਣਾ ਸਮਝ ਆਈ ਯਾਨੀ ਸ਼ਰਾਰਤੀ ਭੂਤ ਦਾ ਨਿਆਣਾ ਇਹ ਸ਼ਰਾਰਤੀ ਨਿਆਣਾ ਭੂਤ ਜਿਹੜਾ ਇਹ ਸ਼ਰਾਰਤੀ ਮੁੱਦੇ ਨੂੰ ਕਿਹਾ ਜਾਂਦਾ ਤੇ ਜਿਹੜਾ ਜਿੰਨ ਹੈਗਾ ਨਾ ਇਹ ਆਮ ਤੌਰ ਤੇ ਜਵਾਨ ਨਿਆਣਿਆਂ ਦੇ ਵਿੱਚ ਵੜਦਾ ਮੈਨੂੰ ਖਤਰਾ ਹੀ ਹੈ ਯਾਨੀ ਕਿ ਤੇ ਦਿਓ ਇਹ ਇਹਨਾਂ ਨੂੰ ਜ਼ਿਆਦਾ ਖਤਰਾ ਕਿਉਂਕਿ ਇਹ ਦੋ ਤਿੰਨ ਵਾਰੀ ਵੜ ਹਟੇ ਕਿਸੇ ਵਿੱਚ ਤੇ ਜਿਹੜਾ ਦਿਓ ਹੁੰਦਾ ਦਿਓ ਦਿਓ ਹਾਂ ਕਿਆ ਬਾਤ ਹੈ ਨਹੀਂ ਨਹੀਂ ਤੇ ਦਿਓ ਹਾਂਜੀ ਹਾਂਜੀ ਦਿਓ ਦਿਓ ਚਾਹੇ ਨਾ ਦਿਓ ਬਾਹਰ ਜਿਹੜਾ ਹੈ ਜੀ ਦਿਓ ਇਹ ਇੱਕ ਵੱਖਰੀ ਮਖਲੂਕ ਆ ਅੱਛਾ ਇੱਕ ਤਗੜੀ ਮਖਲੂਕ ਆ ਯਾਨੀ ਫਰਿਸ਼ਤਿਆਂ ਤੋਂ ਬਾਅਦ ਤਾਕਤਵਰ ਜਿਹੜਾ ਦਿਓ ਹੈ ਦਿਓ ਤੋਂ ਬਾਅਦ ਫਿਰ ਬਾਕੀ ਤਾਕਤਾਂ ਜਿਹੜੀਆਂ ਨੇ ਬਾਕੀ ਜਿਹੜੇ ਜਾਨਦਾਰ ਨੇ ਉਹ ਇਹ ਜਿਹੜੇ ਜਿੰਨ ਛਿੰਨ ਨੇ ਨਾ ਇਹ ਦਿਓ ਤੋਂ ਜ਼ਰਾ ਅੱਛਾ ਦਿਓ ਜਿਹੜਾ ਵਾ ਇਹ ਆਮ ਤੌਰ ਤੇ ਫਿਜ਼ਾਈ ਤੌਰ ਤੇ ਹਮਲਾਵਰ ਹੁੰਦਾ ਅੱਛਾ ਹੁਣ ਈਦ ਆ ਨੇਰੀ ਵਿੱਚ ਆ ਗਿਆ ਨੇਰੀ ਚ ਨੇਰੀ ਆ ਕਾਲੀ ਕਾਲੀ ਨੇਰੀ ਅੱਛਾ ਹੁਣ ਈਦ ਆ ਹਾਂਜੀ ਤੇ ਦਿਓ ਮੈਨੂੰ ਯਾਦ ਆ ਗਿਆ ਏਡੀ ਛੇਤੀ ਕਿਸੇ ਨੇ ਜੇਬ ਚ ਹੱਥ ਨੀ ਪਾਇਆ ਜਿੱਡੀ ਛੇਤੀ ਸਰਕਾਰ ਨੇ ਈਦ ਹੋਰ ਮੈਨੂੰ ਪਤਾ ਸੀ ਗੱਲ ਗਾਂ ਟੁਰਨੀ ਨੇ ਜਿੰਨਾ ਚਿਰ ਬੱਚਿਆਂ ਨੂੰ ਈਦ ਨਾ ਦਈਏ ਤੁਸੀਂ ਠਹਿਰੋ ਤੁਸੀਂ ਮੇਰੇ ਵੱਡੇ ਪੁੱਛੋ ਹਾਂ ਛੋਟੇ ਬੱਚਿਆਂ ਨੂੰ ਜਿਹੜਾ ਨਾ ਪਹਿਲੇ ਦੇ ਲੈਣ ਦਿਓ ਤੇ ਧਿਆਨ ਤੁਸੀਂ ਵਿੱਚ ਨਹੀਂ ਰੱਖਣਾ ਹਾਂਜੀ ਤੁਸੀਂ ਗੱਲ ਸੁਣੋ ਨਜਾਇਜ਼ ਨੀ ਖਰਚਣੇ ਅੱਜ ਘਰ ਆਓ ਇਹਦਾ ਚਲੋ ਚਲੋ ਤੁਸੀਂ ਤਾਂ ਨਹੀਂ ਨਾ ਲੈਣੇ ਐਡੇ ਸਿਫਾਰਸ਼ੀ ਬੜੇ ਹੈਲੋ ਜੀ ਹੈਲੋ ਜੀ ਕਿਆ ਬਾਤ ਇੱਕ ਹਜ਼ਾਰ ਹੋਰ ਦੇ ਦਿੰਦੇ ਹਜ਼ਾਰ ਹੋਰ ਦੇ ਦਿੰਦੇ ਸਰਨਾ ਨੀ ਜੀ ਵੈਸੇ ਮੇਰਾ ਤੁਹਾਨੂੰ ਵੇਖ ਕੇ ਵੀ ਨੀ ਸਰਿਆ ਪੁੱਤਰ ਨੇਕ ਹੋਣੇ ਚਾਹੀਦੇ ਨੇ ਬੱਚੇ ਨੇਕ ਹੋਣੇ ਚਾਹੀਦੇ ਨੇ ਬਾਬਾ ਜੀ ਅੱਛਾ ਇਹ ਮੇਰਾ ਛੋਟਾ ਵੱਡਾ ਪੁੱਤਰ ਆ ਵੈਸੇ ਪਿਆਰ ਨਾਲ ਮੈਂ ਇਹਨਾਂ ਨੂੰ ਬਾਬਾ ਜੀ ਕਹਿੰਦਾ ਕਿਉਂਕਿ ਮੈਨੂੰ ਸਾਰੀਆਂ ਹਦਾਇਤਾਂ ਇਹ ਦਿੰਦੇ ਨੇ ਜਿਹੜੀਆਂ ਨਹੀਂ ਸੀ ਨਾ ਆਈਆਂ ਪਿਛਲੀ ਉਮਰੇ ਉਹ ਵੀ ਹੁਣ ਇਹ ਲਓ ਭਾਜੀ ਬੇਟਾ ਜੀ ਈਦ ਤੇ ਦੱਸਣਾ ਨਹੀਂ ਦੂਸਰਿਆਂ ਨੂੰ
ਦੂਸਰਿਆਂ ਨਾਲ ਨਹੀਂ ਗੱਲ ਕਰ। ਇਹ ਇਹ ਕਿਉਂ? ਹੈ 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 ਨਹੀਂ 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 ਉਹ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ 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 ਕੀ ਗੱਲ ਹੋਈ ਸ਼ਾਦੀ ਮੈਂ ਦੇਖੋ ਉਹਨੇ ਤੜਾਲੇ ਆ ਪੁੱਤਰ ਜੋ ਕਾਦੇ ਤੜਾਲੇ ਆ ਸਾਡੇ ਉਹਨੇ ਤੜਾਲੇ ਬੱਚੇ ਤੇ ਬੇਟਾ ਮੈਂ ਸੀਨੀਅਰ ਆ ਮੈਂ ਵੀ ਸੀਨੀਅਰ ਨਾ ਮੈਂ ਆਵੇ ਸੀਨੀਅਰ ਨਹੀਂ ਆ ਜਾ ਇਧਰ ਇਧਰ ਆ ਚੱਲ ਚਲੋ ਓ ਚੱਲ ਚੱਲ ਤੇਰਾ ਫੋਨ ਬੇਟੇ ਬਾਤ ਨੂੰ ਸੀਨੀਅਰ ਚੌੜੀ ਛਾਤੀ ਕਰਨਾ ਨਹੀਂ ਹੁੰਦਾ ਸੀਨੀਅਰ ਆਪਣੀ ਬੀਵੀ ਦੀਆਂ ਜੁੱਤੀਆਂ ਖਾਣ ਨਾਲ ਬੰਦਾ ਹੁੰਦਾ ਸੀਨੀਅਰ ਆ ਜੀ ਸਾਡੇ ਆ ਇਹੀ ਸੀਨੀਅਰ ਆ ਇਹੋ ਕੱਲਾ ਹੀ ਸੀਨੀਅਰ ਆ ਇਹ ਪੱਕਾ ਸੀਨੀਅਰ ਆ ਮੈਂ ਉਹਨੂੰ ਵੇਖਿਆ ਵੀ ਸੀਨੀਅਰ ਨੇ ਸੁਭਾਨ ਅੱਲਾਹ ਮੈਂ ਕਿਹਾ ਜੀ ਆ 1000 ਵੀ ਉਹਨਾਂ ਨੂੰ ਦੇ ਦਿਓ ਇਹਨਾਂ ਦਾ ਕੋਈ ਸੈੱਟ ਲੱਗ ਜਵੇ ਆ ਲੋ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਤਰ ਰੱਖੋ ਅੱਲਾਹ ਪਾਕ ਤੁਹਾਡਾ ਵੀ ਕਰੇ ਉਹਨਾਂ ਨੇ ਬੜੀ ਸੋਹਣੀ ਵੰਡ ਕੱਢੀ ਵੱਡਿਆਂ ਨੂੰ 3-3000 ਜੇ ਔਰ ਮੈਨੂੰ ਵੀ 3 ਦਿਓ ਜੀ ਪਹਿਲੇ ਤਾਂ ਸਭ ਤੋਂ ਇਹ ਦੱਸੋ ਤੁਹਾਨੂੰ ਪਤਾ ਵਾ ਕਿ ਸਾਡੇ ਕੋਲ ਗੈਸਟ ਆਏ ਕਿਹੜੇ ਨੇ ਅੱਜ ਸਾਡੀ ਮਾਰਕੀਟ ਨਾਮ ਦੱਸੋ ਕਿਸ ਨੂੰ ਪਤਾ ਕੋਣ ਨਹੀਂ ਜਾਣਦਾ ਬੁਖਾਰੀ ਸਾਹਿਬ ਨੂੰ ਇਹ ਪੂਰਾ ਨਾਮ ਦੱਸ ਪੂਰਾ ਫਰੀਦ ਸਾਹਿਬ ਨਹੀਂ ਦੱਸੇਗਾ ਮੈਨੂੰ ਤਾਂ ਪਤਾ ਹੀ ਹੈ ਜੀ ਆਰਫ ਬੁਖਾਰੀ ਸਾਹਿਬ ਯੈਸ ਆਰਫ ਬੁਖਾਰੀ ਸਾਹਿਬ ਹਾਏ ਹਾਏ ਫੈਸਲਾਬਾਦ ਦੀ ਆਨ ਬਾਨ ਸ਼ਾਨ ਫੈਸਲਾਬਾਦ ਹੁਣ ਇਹਨਾਂ ਨੂੰ ਪੁੱਛ ਰਜ਼ਾਬਾਦ ਵਾਲਾ ਤੂੰ ਤੈਨੂੰ ਤੁਸੀਂ ਹਰ ਗੱਲ ਤੇ ਆਪਣੇ ਰਜ਼ਾਬਾਦ ਹਰ ਗੱਲ ਤੇ ਆਪਣੇ ਰਜ਼ਾਬਾਦ ਉਹ ਵੀ ਰਜ਼ਾਬਾਦ ਦੇ ਪੁੱਛ ਰਹੇ ਸੁਭਾਨ ਅੱਲਾ ਸੁਭਾਨ ਅੱਲਾ ਕੀ ਬਾਤ ਹੈ ਆਰਫ ਬੁਖਾਰੀ ਸਾਹਿਬ ਮੇਰੇ ਇਹਨਾਂ 'ਚ ਨਾ ਸਾਰੇ ਰਿਸ਼ਤੇ ਨੇ ਕੁਛ ਐਸੇ ਇਨਸਾਨ ਹੁੰਦੇ ਨੇ ਜਿਨ੍ਹਾਂ 'ਚ ਨਾ ਉਹ ਭਾਵੇਂ 80 ਸਾਲ ਦੇ ਹੋ ਜਾਣ ਨਾ ਉਹਨਾਂ 'ਚ ਸਾਰੇ ਰਿਸ਼ਤੇ ਹੁੰਦੇ ਨੇ ਸਾਰੇ ਰਿਸ਼ਤੇ ਤੋਂ ਮੁਰਾਦ ਇਹ ਉਹ 10 ਸਾਲ ਦੇ ਬੱਚੇ ਦੇ ਵੀ ਦੋਸਤ ਹੁੰਦੇ ਨੇ ਉਹ 20 ਸਾਲ ਦੇ ਜਵਾਨ ਦੇ ਵੀ ਜੋਟੀਵਾਲ ਹੁੰਦੇ ਨੇ ਰਾਜ਼ਦਾਰ ਵੀ ਹੁੰਦੇ ਨੇ ਜਵਾਨਾਂ ਦੇ ਵੀ ਉਹ 35-40 ਸਾਲ ਦੇ ਬੰਦੇ ਦੇ ਵੀ ਹਮ ਖਿਆਲ ਹੁੰਦੇ ਨੇ 60-70 ਸਾਲ ਦੇ ਬੰਦੇ ਦੇ ਨਾਲ ਬਜ਼ੁਰਗ ਵੀ ਹੁੰਦੇ ਨੇ ਆਰਫ ਬੁਖਾਰੀ ਸਾਹਿਬ ਉਹ ਸ਼ਖਸੀਅਤ ਨੇ ਮੇਰੇ ਨਿੱਕੇ ਭਰਾ ਵੀ ਨੇ ਵੱਡੇ ਭਰਾ ਵੀ ਨੇ ਮੇਰੇ ਪੁੱਤਰਾਂ ਵਰਗੇ ਵੀ ਨੇ ਮੇਰੇ ਪਿਓ ਵਰਗੇ ਵੀ ਨੇ ਮੇਰੇ ਯਾਰ ਵੀ ਨੇ ਯਾਨੀ ਇਹਨਾਂ 'ਚ ਮੇਰਾ ਹਰ ਰਿਸ਼ਤਾ ਵਾ ਮੇਰੀ ਮਸ਼ੂਕ ਵੀ ਨੇ ਚਲੋ ਵਾਹ 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 ਕਿਉਂ ਜੀ ਔਰ ਇਹਨੂੰ ਕੀ ਕਹਿੰਦੇ ਨੇ ਫਿਸਿਬਿਲਿਟੀ ਫਿਸਿਬਿਲਿਟੀ ਨਹੀਂ ਨਹੀਂ ਇਹ ਜਿਹੜੀ ਫਲੈਕਸੀਬਿਲਿਟੀ 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 ਇਹ ਆਪ ਇਹਨਾਂ ਦੀ ਵੇਵ ਇਦਾਂ ਦੀ ਹੁੰਦੀ ਆ ਕਿ ਵੀ ਟੈਨਸ਼ਨ ਨਹੀਂ ਲੈਣੀ ਮੈਨੂੰ ਇਹ ਨਹੀਂ ਸਮਝਣਾ ਕਿ ਵੀ ਮੈਂ ਤੁਹਾਡੇ ਤੋਂ ਵੱਡਾ ਹਾਂ ਤੇ ਤੁਸੀਂ ਐਵੇਂ ਮੇਰੇ ਨਾਲ ਕੋਈ ਨਾ ਨਾ ਈਜ਼ੀ ਕੀ ਬਾਤ ਹਾਂ ਤੇ ਉਹ ਨੇ ਆਰਫ ਬੁਖਾਰੀ ਸਾਹਿਬ ਤੇ ਸਭ ਤੋਂ ਅੱਛੀ ਗੱਲ ਸ਼ਾਇਰ ਸੁਭਾਨ ਅੱਲਾ ਸੁਭਾਨ ਅੱਲਾ ਬਹੁਤ ਮਜ਼ੇ ਦੇ ਸ਼ਾਇਰ ਭਾਜੀ ਈਦ ਤੇ ਕਦੀ ਈਦ ਤੇ ਲਿਖਿਆ ਕਦੀ ਕੁਛ ਜੀ ਈਦ ਤੇ ਬਹੁਤ ਕੁਛ ਲਿਖਿਆ ਜੀ ਮਾਸ਼ਾਅੱਲਾ ਪਹਿਲੀ ਗੱਲ ਤਾਂ ਇਹ ਆ ਨਾਜ਼ਰੀਨ ਕਿ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖਾਸ਼ਾਂ ਅਤੇ ਬਹੁਤ ਸਾਰੀਆਂ ਸਦਰਾਂ ਜਿਹੜੀਆਂ ਨਾ ਉਹ ਆਪਣੀ ਜ਼ਰਖੇਜ਼ ਸੋਚਾਂ ਦੀ ਜ਼ਮੀਨ ਦੇ ਵਿੱਚ ਲਾਉਂਦਾ ਫਿਰ ਉਹਨੂੰ ਆਪਣੀਆਂ ਸੋਚਾਂ ਦਾ ਆਪਣੀਆਂ ਤੰਗਾਂ ਦਾ ਆਪਣੀ ਹਿੱਤ ਦਾ ਆਪਣੇ ਪਿਆਰ ਦਾ ਪਾਣੀ ਦਿੰਦਾ ਤਾਂ ਕਿ ਉਹ ਫੁੱਲਾਂ ਭਰੋਣ ਤਾਂ ਕਿ ਉਹ ਮਿੱਠੇ ਫਲ ਦੇਣ ਕੌਮ ਨੂੰ ਅਗਲੀਆਂ ਨਸਲਾਂ ਨੂੰ ਇਸ ਧਰਤੀ ਦੀ ਖੁਸ਼ਬੋ ਨੂੰ ਵੰਡਦੇ ਹੋਏ ਹਾਸੇ ਲੈ ਕੇ ਲੋਕਾਂ ਦੇ ਵਿੱਚ ਫਿਰਦੇ ਰਹਿਣ ਲੋਕਾਂ ਦੇ ਦੁੱਖਾਂ ਨੂੰ ਲੋਕਾਂ ਦੇ ਗਮਾਂ ਨੂੰ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਲੋਕਾਂ ਦੀਆਂ ਉਜਲਤਾਂ ਨੂੰ ਲੋਕਾਂ ਦੀਆਂ ਜਿਹੜੀਆਂ ਤੰਗੀਆਂ ਤੋੜੀਆਂ ਨੇ ਉਹਦੇ ਵਿੱਚ ਰੁੱਸੇ ਹੋਏ ਫਿੱਟੇ ਹੋਏ ਪਰੇਸ਼ਾਨ ਲੋਕਾਂ ਦੇ ਵਿੱਚ ਹਾਸੇ ਲੈ ਕੇ ਵੰਡਣ ਵਾਲੇ ਲੋਕ ਜਿਹੜੇ ਬੱਚੇ ਆ ਅਸੀਂ ਆਪਣੀ ਸੋਚ ਦੇ ਵਿੱਚ ਉਹ ਬੂਟੇ ਬਹੁਤ ਸਾਰੇ ਲਾਏ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਲਦਾਰ ਅਤੇ ਸਭ ਤੋਂ ਜ਼ਿਆਦਾ ਖੁਸ਼ਬੂਦਾਰ ਇਸ ਧਰਤੀ ਦੀ ਖੁਸ਼ਬੂ ਲੈ ਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਛਾਇਆ ਉਹ ਬੂਟਾ ਉਸ ਬੂਟੇ ਦਾ ਨਾਮ ਆ ਜਾਨੀ ਉਸ ਬੂਟੇ ਦਾ ਨਾਂ ਜਾਨੀ ਆ ਅਤੇ ਜਿਹਦੀ ਛਾਵੇਂ ਮੈਂ ਬਹੁਤ ਛੇਤੀ ਬਹਿ ਗਿਆ ਯਾਨੀ ਲੋਕ ਬੂਟੇ ਲਾਉਂਦੇ ਨੇ ਪਰ ਲੋਕਾਂ ਨੂੰ ਉਹਨਾਂ ਦੀਆਂ ਛਾਵਾਂ ਜਿਹੜੀਆਂ ਮਾਨਣ ਦੀ ਉਮਰ ਦੇ ਵਿੱਚ ਵਕਤ ਨਹੀਂ ਆਉਂਦਾ ਉਹਨਾਂ ਨੂੰ ਕਈਆਂ ਨੂੰ ਹਿੰਮਤ ਨਹੀਂ ਹੁੰਦੀ ਅਤੇ ਕਈਆਂ ਤੋਂ ਉਹ ਵਕਤ ਹੀ ਨਹੀਂ ਆਉਂਦਾ ਕਿ ਉਹ ਉਸ ਬੂਟੇ ਦੀ ਛਾਂ ਉਸ ਬੂਟੇ ਦੀ ਖੁਸ਼ਬੂ ਉਸ ਬੂਟੇ ਦਾ ਫਲ ਖਾ ਸਕਣ ਅਲਹਮਦੁਲਿਲਾ ਕਿ ਮੈਂ ਬਹੁਤ ਸਾਰੇ ਐਸੇ ਬੂਟੇ ਜਿਨ੍ਹਾਂ 'ਚੋਂ ਇੱਕ ਸਿਰ ਕੱਢਵਾਂ ਅਤੇ ਸੋਹਣਾ ਬੂਟਾ ਜਿਹੜਾ ਹੈਗਾ ਉਹ ਮੇਰਾ ਜਾਨੀ ਆ ਜਿਹੜਾ ਦੁਨੀਆ ਦੇ ਉੱਤੇ ਇਸ ਧਰਤੀ ਪੰਜਾਬ ਦੀ ਧਰਤੀ ਦੀ ਖੁਸ਼ਬੋ ਪੰਜਾਬ ਦੀ ਧਰਤੀ ਦੀ ਖੁਸ਼ਬੋ ਜਿਹੜੀ ਆ ਨਾ ਜਿਵੇਂ ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਕਿੰਨੇ ਦਿਨ ਤੇ ਮੇਰੀਆਂ ਸੋਚਾਂ ਇੰਜ ਵੀ ਹੋਈਆਂ ਰਹੀਆਂ ਜਿਵੇਂ ਖੂਹ ਤੇ ਇਕੱਠੀਆਂ ਹੋ ਕੇ ਬਾਤਾਂ ਬੁੱਝਣ ਸਹੀਆਂ ਤੇ ਲੋਕਾਂ ਜਾ ਵਿੱਚ ਦੁਬਈ ਦੇ ਕਈ ਪੰਜਾਬ ਬਣਾ ਲਏ ਵਿੱਚ ਪੰਜਾਬ ਦੇ ਦੱਬੀਆਂ ਰਹੀਆਂ ਮਿੱਟੀ ਹੇਠ ਦੁਬਈਆਂ ਇਹ ਇਸ ਪੰਜਾਬ ਦੀ ਮਿੱਟੀ ਦੇ ਵਿੱਚੋਂ ਉੱਗਿਆ ਹੋਇਆ ਇੱਕ ਸੋਹਣਾ ਫੁੱਲਾਂ ਵਾਲਾ ਬੂਟਾ ਤੇ ਮੈਨੂੰ ਇਸ ਗੱਲ ਤੇ ਬੜਾ ਮਾਣ ਬਹਰਹਾਲ ਇਹ ਮਹਿਸੂਸ ਨਾ ਕਰਿਓ ਪ
ਭਾਈ ਮੈਂ ਆਪਣੇ ਇਸ ਪੁੱਤਰ ਦੀ ਬਹੁਤੀ ਤਾਰੀਫ ਕਰਦੀ ਆ। ਨਹੀਂ ਜੀ ਮੇਰੇ ਜਿਹੜੇ ਮੈਂ ਇਹ ਬੂਟਾ ਨਾ ਇਹ ਬੇਰ ਵੀ ਨਾਲ ਲੱਗੇ ਨਹੀਂ, ਇਹ ਜਿਹੜਾ ਨਾ ਤੁਹਾਨੂੰ ਪਤਾ ਦੁਨੀਆ ਦੇ ਵਿੱਚ ਹਰ ਬੰਦੇ ਨੂੰ ਪੁੱਤਰ ਆਪਣਾ ਹੀ ਸੋਹਣਾ ਲੱਗਦਾ, ਸਮਝ ਉਹ ਭਾਵੇਂ ਦੁਨੀਆ ਦੇ ਵਿੱਚ ਖਲੋਤਾ ਹੋਵੇ ਨਾ ਲੱਖਾਂ ਦੇ ਵਿੱਚ ਤੇ ਵਿੱਚ ਪਤਾ ਹੀ ਲੱਗਦਾ ਕਿ ਆਹ ਮੇਰਾ ਜਾਨੀ ਆ ਤੇ ਆਹ ਮੇਰਾ ਹਨਾਨ ਆ, ਇਹ ਪਤਾ ਲੱਗਦਾ ਵਾ ਕਿ ਆਹ ਮੇਰਾ ਜਾਨੀ ਆ ਆਹ ਮੇਰਾ ਹਨਾਨ ਆ ਆਹ ਮੇਰਾ ਇਜਾਜ਼ ਆ। ਤੋ ਇਹ ਜਿਹੜੀਆਂ ਖੂਬਸੂਰਤੀਆਂ ਨੇ ਇਨਸਾਨ ਦੇ ਅੰਦਰੋਂ ਨਿਕਲ ਕੇ ਫਿਰ ਨਵੇਂ ਵਜੂਦ ਚ ਆਉਂਦੀਆਂ ਨੇ, ਇਹ ਸਾਡੇ ਬਜ਼ੁਰਗਾਂ ਦੇ ਵਜੂਦ ਚੋਂ ਨਿਕਲ ਕੇ ਅਸੀਂ ਵਿਰਾਸਤ ਦੇ ਵਿੱਚ ਖੂਬਸੂਰਤੀਆਂ ਆਈਆਂ, ਇਹ ਵਿਰਾਸਤ ਦੇ ਵਿੱਚ ਅਸੀਂ ਖੂਬਸੂਰਤੀਆਂ ਅੱਗੇ ਦਿੱਤੀਆਂ ਤੇ ਵਿਰਾਸਤ ਬਾ ਵਿਰਾਸਤ ਚੱਲਦੀਆਂ ਰਹਿਣਗੀਆਂ ਇਨਸ਼ਾਲਾ, ਇਹ ਪੌਦੇ ਗਾਣ ਲੱਗਦੇ ਰਹਿਣਗੇ। ਬਿਲਕੁਲ ਬਿਲਕੁਲ। ਮੇਰੀ ਆਪਣੀ ਇੱਕ ਈਦ ਦੀ ਆ ਗੱਲ, ਹਾਂ ਮੇਰੀ ਇੱਕ ਆਪਣੀ ਈਦ ਦੀ ਆ ਗੱਲ, ਚੰਨ ਦੀ ਚੜ੍ਹਾਈ ਦੀ ਤੇ ਦੀਦ ਦੀ ਆ ਗੱਲ। ਚੰਨ ਦੀ ਚੜ੍ਹਾਈ ਦੀ ਤੇ ਦੀਦ ਦੀ ਆ ਗੱਲ ਕਿ ਮੇਰੀਆਂ ਵਫਾਵਾਂ ਵਿੱਚ ਹੰਝੂ ਕੇਰਦੀ ਭੋਲੀ ਭਾਲੀ ਕੁੜੀ ਹੋਵੇ ਬੀਕਾਨੇਰ ਦੀ, ਮੱਖਣਾ ਦੀ ਪਲੀ ਹੋਈ ਮੇਰੇ ਹਾਣ ਦੀ, ਵਿਹੜੇ ਵਿੱਚ ਬੈਠੀ ਹੋਈ ਆਟਾ ਛਾਣ ਦੀ, ਆਟਾ ਗੁੰਨੀ ਜਾਏ ਨਾਲੇ ਮੈਨੂੰ ਵੇਖੀ ਜਾਏ ਛੀ ਛੀਤ ਕਰਕੇ ਉਹ ਕਾਵਾਂ ਨੂੰ ਉਡਾਏ, ਘਰ ਹੋਰੇ ਆਉਣ ਵਾਲਾ ਬਾਪ ਹੋਵੇਗਾ ਕਿਸੇ ਨੇ ਵੀ ਬੋਲੇਗੀ ਤੇ ਪਾਪ ਹੋਵੇਗਾ, ਅੱਖਾਂ ਅੱਗੇ ਹੱਥ ਦੇ ਅਡੋਲ ਹੱਸ ਕੇ ਬੂਹੇ ਵਿਹੜੇ ਵਿੱਚੋਂ ਬੂਹੇ ਓਲੇ ਹੋਈ ਨੱਸ ਕੇ, ਅੱਖਾਂ ਅੱਗੇ ਹੱਥ ਦੇ ਅਡੋਲ ਹੱਸ ਕੇ ਵਿਹੜੇ ਵਿੱਚੋਂ ਬੂਹੇ ਓਲੇ ਹੋਈ ਨੱਸ ਕੇ, ਹੌਲ ਤਾਈ ਵਿੱਚ ਆਟਾ ਪੁੰਜੇ ਸੁੱਟ ਗਈ ਬੂਹੇ ਨਾਲ ਵੱਜੀ ਤੇ ਕਨਾਲੀ ਟੁੱਟ। ਉਦੋਂ ਦੀ ਇਹ ਗੱਲ ਆ, ਉਦੋਂ ਦੀ ਇਹ ਗੱਲ ਆ ਵੀ ਜਦੋਂ ਸੀ ਹਯਾ, ਹੁਣ ਤੇ ਹਯਾ ਵਾਲਾ ਕੰਮ ਨਹੀਂ ਰਿਹਾ, ਅੱਜ ਕੱਲ ਟੀਵੀ ਉੱਤੇ ਆਈ ਹੋਈ ਏ, ਪੀਂਗੀ ਉਹਨੇ ਅੰਬਰਾਂ ਤੇ ਪਾਈ ਹੋਈ ਏ, ਮੁੰਡੇ ਨਾਲ ਰੱਖੇ ਹੋਏ ਹਾਂਗਕਾਂਗ ਦੇ, ਹੁਣ ਕਿੱਥੋਂ ਪਾਉਂਦੇ ਹੋਣੇ ਮੇਰੇ ਵਾਂਗ ਦੇ, ਜਿਹੜੀ ਕਦੀ ਪਿੰਡੋਂ ਬਾਹਰ ਬਹਿਣ ਨਹੀਂ ਸੀ ਗਈ ਅੱਜ ਕੱਲ ਜਾਂਦੀ ਹੋਏ ਸ਼ਾਰਜਾ ਦੁਬਈ। ਤਰੱਕੀ ਹੈ ਸਾਡੀ, ਇਹ ਤਰੱਕੀ ਹੈ। ਮਦਨਪੁਰੇ ਤੋਂ ਅਗਲੇ ਪਾਸੇ ਜੀ, ਐਤਕਾਂ ਈਦ ਤੇ ਕੋਠਾ ਵੇਚ ਕੇ, ਓਏ ਹੋਏ ਐਰਕਾਂ ਈਦ ਤੇ ਕੋਠਾ ਵੇਚ ਕੇ ਬਿਜਲੀ ਦਾ ਇੱਕ ਬਿੱਲ ਭਰਾਈਏ। ਆ ਜਾ ਸੱਜਣਾ ਈਦ ਮਨਾਈਏ ਤੇ ਗੈਸ ਕੋਈ ਨੀ ਚੁੱਲ੍ਹੇ ਅੱਗੇ ਮੋਰਾ ਵਾਂਗੂ ਪਹਿਲਾਂ ਪਾਈਏ। ਅੱਛਾ ਜੀ ਜਾਨੀ ਭਾਈ, ਇਹ ਤਰੱਕੀ ਸਾਡੀ ਕੌਮ ਨੇ ਬੱਚਿਆਂ ਨੇ ਕੀਤੀ। ਵਾਹ ਵਾਹ ਵਾਹ। ਜਦੋਂ ਅਸੀਂ ਛੋਟੇ ਹੁੰਦੇ ਸਾਂ, ਅਸਲ ਮੈਂ ਤੇ ਇਹ ਕਵਾਂਗਾ ਕਿ ਜਦੋਂ ਅਸੀਂ ਛੋਟੇ ਹੁੰਦੇ ਸਨ ਇਦਾਂ ਦੇ ਸਵਾਦ ਉਦੋਂ ਹੁੰਦੇ ਸੀ, ਇਹੀ ਮੈਂ ਇਹਨਾਂ ਨੂੰ ਸਮਝਾਉਣਾ ਸਾਂ। ਜਿਹੜੇ ਇਦਾਂ ਦੇ ਸਵਾਦ ਅਸੀਂ ਲਏ ਆ ਨਾ, ਉਹ ਇਦਾਂ ਦੇ ਸਵਾਦ ਹੁਣ ਨਹੀਂ ਹੈਗੇ। ਉਹਦੀ ਵਜ੍ਹਾ ਹੈ ਕਿ ਸਾਲ ਬਾਅਦ ਈਦ ਦੇ ਉੱਤੇ ਨਵਾਂ ਕੱਪੜਾ ਵੇਖਣਾ, ਉਹ ਪੂਰਾ ਸਾਲ ਉਸ ਨਵੇਂ ਕੱਪੜੇ ਦਾ ਇੰਤਜ਼ਾਰ ਕਰਨਾ। ਕਸਮੇ ਯਾਰ, ਜੇ ਇੱਦਾਂ ਤੁਸੀਂ ਈਦ ਮਨਾਈ ਹੈ ਨਾ ਤੇ ਇਹ ਅੱਜ ਵੀ ਉਦਾਂ ਹੀ ਮਨਾ ਰਿਹਾ। ਅੱਛਾ ਫਿਰ ਇਹਦੇ ਵਿੱਚ ਮੈਨੂੰ ਇੱਕ ਈਦ ਯਾਦ ਆ ਗਈ ਕਿ ਜਲਦੀ ਦੇ ਵਿੱਚ ਨਾ ਆਪਣਾ ਉਦੋਂ ਮੇਰੇ ਖਿਆਲ ਚੌਥੀ ਪੰਜਵੀਂ ਦੇ ਵਿੱਚ ਹੋ ਗਏ ਤੇ ਪੈਂਟਾਂ ਨਵੀਆਂ ਨਵੀਆਂ ਚੱਲੀਆਂ ਸਨ ਤੇ ਨਵੀਆਂ ਨਵੀਆਂ ਪੈਂਟਾਂ ਚੱਲੀਆਂ ਤੇ ਉਹ ਮਾਂ ਮੇਰੀ ਨੇ ਨਾ ਉਹ ਦਰਜੀ ਨੂੰ ਦਰਜਣ ਸੀ ਲਾਗੇ ਤੇ ਉਹਨੂੰ ਪਹਿਲੇ ਤਾਂ ਮਹੀਨਾ ਲਾ ਕੇ ਸਿਖਾਇਆ ਵੀ ਪੈਂਟ ਕਿਸ ਤਰ੍ਹਾਂ ਦੀ ਨੀ। ਤੇ ਉਹ ਦਰਜੀ ਹੈਗਾ ਸੀ ਸ਼ਹਿਰ, ਪਿੰਡ ਦੇ ਵਿੱਚ ਦਰਜੀ ਕੋਈ ਨਹੀਂ ਸੀ, ਪਿੰਡ 'ਚ ਉਹ ਦਰਜਣ ਸੀ ਤੇ ਉਹਨੂੰ ਨਾ ਬੜੀ ਮੁਸ਼ਕਲ ਨਾਲ ਪੈਂਟ ਸਿਖਾਈ ਸੀਣੀ ਸੀਣੀ। ਅੱਛਾ ਫਿਰ ਉਹ ਸਿੱਖ ਗਈ ਤੇ ਫਿਰ ਉਹਨੂੰ ਪਿੰਡ ਦਾ ਕੱਪੜਾ ਦਿੱਤਾ ਨਾਲ ਸ਼ਰਟ ਦਿੱਤੀ, ਉਹਨੇ ਔਖਿਆਂ ਸੌਖਿਆਂ ਪੈਂਟ ਸੀ ਦਿੱਤੀ। ਜਾਨੀ ਭਾਈ ਈਦ ਮੇਰੀ ਗਾਦੀ ਸੀ, ਉਹ ਪੈਂਟ ਉਹਨੇ ਸੀ ਦਿੱਤੀ ਢਿੱਲੀ, ਮੈਂ ਈਦ ਵਾਲਾ ਸਾਰਾ ਦਿਨ ਪੈਂਟ ਹੀ ਚੁੱਕ ਚੁੱਕ ਕੇ ਟੁਰਿਆ ਰਿਹਾ, ਬਾਕੀ ਕੋਈ ਕੰਮ ਨਹੀਂ ਕੀਤਾ। ਅੱਛਾ ਖੂਬਸੂਰਤੀ ਇਹ ਆ ਕਿ ਪੈਂਟ ਉਹਨੇ ਸੀ ਦਿੱਤੀ ਖੁੱਲੀ, ਲਫ਼ਜ਼ ਹੁੰਦਾ ਖੁੱਲੀ, ਹਾਂਜੀ ਕਹਿੰਦੇ ਪੈਂਟ ਉਹਨੇ ਸੀ ਦਿੱਤੀ ਢਿੱਲੀ, ਈਦ ਵੀ ਪੜੀ ਆ ਨਾ ਤੇ ਪੈਂਟ ਫੜ ਕੇ ਹੀ ਪੜੀ। ਤੋ ਮੈਨੂੰ ਯਾਦ ਆ ਗਿਆ ਕਿ ਈਦ ਆਈ ਪਰ ਤੂੰ ਨਾ ਆਇਆ ਤੇ ਡੀਕਾਂ ਬਾਹਰ ਖਲੋ ਕੇ, ਹਾਏ ਈਦ ਆਈ ਪਰ ਤੂੰ ਨਾ ਆਇਆ ਤੇ ਡੀਕਾਂ ਬਾਹਰ ਖਲੋ ਕੇ ਮੇਰੇ ਨਾਲ ਦੇ ਈਦਾਂ ਪੜ ਕੇ ਆ ਗਏ ਮੱਕਿਓ ਹੋ ਕੇ। ਇਹ ਕਿਸੇ ਸੱਜਣ ਨੂੰ ਨੀ ਮੈਂ ਕਹਿ ਰਿਹਾ, ਇੱਕ ਚੈਨਲ ਤੇ ਮੁਸ਼ਾਇਰਾ ਕੀਤਾ ਸੀ ਉਹਦਾ ਚੈੱਕ ਡਿੱਗਣ ਦਿਆਂ ਪਿਛਲੀ ਈਦ ਤੇ ਕੀਤਾ। ਆਹ ਉਹ ਜਿਹੜਾ ਨਾ
ईद मनाइए आजा सजना ईद मनाइए रल के बहिए रल के खाइए रल के बहिए रल के खाइए बन सबने खाने पीने कोठे उते बह के खाइए थले आंडी गुआंडी आ जांदे ना कोठे उते बह के अच्छा तुसी शायरी दे विच हर किस्म दे तहफुजात नूं भी मद्देनजर रखदे हो थले इधर उधर मुश्किलात हालात नूं वेख हालात नूं वेख हां जी हालात नूं वेख ईद मनाइए ते गैस कोई नहीं चुल्हे अगे मोरा वांगू पहला पाइए मोरा वांगू पहला पाइए मोरा वांगू पहला पाइए सिचुएशन दा मजा लेइए आजा हां ते यारा नाल ते गल बनी नहीं समझो अगले मिसरे अच्छा यारा नाल ते गल नहीं बनती पांच सात बच्चे होर बनाइए अच्छा यारा लेमन लेमन जानी तेरे सदके जाइए जानी तेरे सदके जाइए वैरिया नाल हुण वेख लिया है वैरिया नाल हुण वेख लिया है वैरिया नाल हुण वेख लिया है सजना ते कोई लारा लाइए जाने आजा ईद मनाइए साल हो गया आजा नहाइए अच्छा जी वो अपना जाने भाई कॉलेज के दौर दे विच सीगी गल ते ओ अच्छा कॉलेज के दौर च सीगी गल अच्छा वो कटे नहीं ओ कहंदे ए अच्छा मैनू ना परसों एक बंदा मिलिया ਉਹਨੇ ਕਿਹਾ ਬੁਖਾਰੀ ਸਾਹਿਬ ਤੁਹਾਨੂੰ ਕਾਲੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹੀ ਵੇਖਿਆ ਸੀ ਤੁਸੀਂ ਹੁਣ ਵੀ ਉਸੇ ਤਰ੍ਹਾਂ ਦਾ ਹੀ ਮੈਂ 30 ਸਾਲ ਪਹਿਲੇ ਵੀ ਤੁਹਾਨੂੰ ਇਸੇ ਤਰ੍ਹਾਂ ਵੇਖਿਆ ਸੀ ਸੱਚੀ ਗੱਲ ਕਰ ਰਿਹਾ ਮੈਂ ਅੱਛਾ ਗੱਲ ਪਤਾ ਕੀ ਆ 30 ਸਾਲ ਪਹਿਲੇ ਹੀ ਅਸੀਂ ਆਪਣਾ ਬੁਢਾਪਾ ਆਪਣੇ ਤੇ ਬੰਨ ਲਿਆ ਸੀ ਉਹ ਸ਼ੁਰੂ ਕਰ ਲਿਆ ਸੀ ਵੀ ਜੇ ਅੰਦਰ ਸਿਆਣਫ ਆ ਨਾ ਤੇ ਬਾਹਰ ਵੀ ਕਰ ਲਓ ਤੇ ਉਹ ਸਿਆਣਫ ਦੇਰ ਤੱਕ ਚੱਲਣੀ ਆ ਇਹ ਆਪਾਂ ਜਦੋਂ 14ਵੀਂ ਕੀਤੀ 15ਵੀਂ ਕਰ ਜਦੋਂ 14 ਕੀਤੀਆਂ ਤੁਸੀਂ ਪੰਜਾਬ ਯੂਨੀਵਰਸਿਟੀ ਤੋਂ ਮੈਂ ਗੋਲਡ ਮੈਡਲ ਪੰਜਾਬੀ ਦਾ ਫਿਰ ਐਮ ਏ ਉਰਦੂ ਕੀਤਾ ਐਮ ਏ ਇਸਲਾਮੀਅਤ ਕੀਤਾ ਉਹ ਜਿਹੜਾ ਨਾ ਈਦ ਤੋਂ ਯਾਦ ਆ ਗਈ ਯਾਰ ਮੈਨੂੰ ਆਪਣੀ ਕਾਲਜ ਦੀ ਇੱਕ ਅੱਛਾ ਤੁਸੀਂ ਉਸ ਦੌਰ 'ਚ ਵੀ ਲਿਖਦੇ ਸੀ ਕਾਲਜ ਦੇ ਦੌਰ 'ਚ ਵੀ ਵਿਹੜੇ 'ਚ ਅੰਸੀਆਂ ਪਾਉਂਦੀ ਤੇ ਹੋਏਗੀ ਅੱਜ ਨਾ ਮੂਡ ਆ ਪੂਰਾ ਇਸ ਤੋਂ ਸਿਆਣੇ ਕਹਿੰਦੇ ਸ਼ਾਇਰ ਤੇ ਘੋੜਾ ਕਦੀ ਬੂੜੇ ਨਹੀਂ ਹੁੰਦੇ ਜੀ ਤੇ ਸ਼ਾਇਰ ਤੇ ਘੋੜੇ ਤੇ ਬਹੁਤੀ ਤਵੱਜੋ ਵੀ ਨਹੀਂ ਦੇਣੀ ਚਾਹੀਦੀ ਕਿਉਂਕਿ ਫਿਰ ਇਹਨਾਂ ਨੂੰ ਆਪ ਕਹਿ ਕੇ ਹਟਾਉਣਾ ਪੈਂਦਾ ਨਾ ਹਾਂ ਸਹੀ ਗੱਲ ਹੈ ਸਹੀ ਗੱਲ ਹੈ ਵਿਹੜੇ 'ਚ ਔਂਸੀਆਂ ਪਾਉਂਦੀ ਤੇ ਹੋਏਗੀ ਬੂਹੇ 'ਚ ਆ ਕੇ ਖਲੋਂਦੀ ਤੇ ਹੋਏਗੀ ਵਾਹ ਵਾਹ ਕਾਵਾਂ ਨੂੰ ਉਸ਼ ਉਸ਼ ਅਡਾਉਂਦੀ ਤੇ ਹੋਏਗੀ ਕਾਵਾਂ ਨੂੰ ਉਸ਼ ਉਸ਼ ਅਟਾਉਂਦੀ ਤੇ ਹੋਏਗੀ ਰਾਤਾਂ ਨੂੰ ਉੱਠ ਉੱਠ ਕੇ ਰੋਂਦੀ ਤੇ ਹੋਏਗੀ ਮੇਰੀ ਕਿਸੇ ਨੂੰ ਯਾਦ ਆਉਂਦੀ ਤੇ ਹੋਏਗੀ ਇਹ ਤੂੰ ਵੇਖ ਲਾ ਹਰ ਰਾਤਾਂ ਨੂੰ ਉੱਠ ਉੱਠ ਰੋਂਦੀ ਤੇ ਹੋਏਗੀ ਕਿਸੇ ਨੂੰ ਮੇਰੀ ਯਾਦ ਆਉਂਦੀ ਤੇ ਹੋਏਗੀ ਤੇ ਆਨੇ ਬਹਾਨੇ ਬੁਲਾਉਂਦੀ ਤੇ ਹੋਏਗੀ ਕਿਸੇ ਨੂੰ ਮੇਰੀ ਯਾਦ ਆਉਂਦੀ ਤੇ ਹੋਏਗੀ ਨਾ ਮੇਰਾ ਲਿਖ ਦੀਵਾਰਾਂ ਦੇ ਉੱਤੇ ਨਾ ਮੇਰਾ ਲਿਖ ਦੀਵਾਰਾਂ ਦੇ ਉੱਤੇ ਦਿਲ ਦੇ ਚਮਨ ਦੀਆਂ ਜ਼ਾਰਾਂ ਦੇ ਉੱਤੇ ਨੈਣਾ ਚੋਂ ਵਗੀਆਂ ਫੁਹਾਰਾਂ ਦੇ ਉੱਤੇ ਉਹ ਅੰਬਰ ਤੇ ਉੱਠਦੇ ਗੁਬਾਰਾਂ ਦੇ ਉੱਤੇ
ਲੋਕਾਂ ਦੇ ਡਰ ਤੋਂ ਮਟਾਉਂਦੀ ਤੇ ਹੋਏਗੀ, ਕਿਸੇ ਨੂੰ ਮੇਰੀ ਯਾਦ ਆਉਂਦੀ ਤੇ ਹੋਏਗੀ। ਹਾਏ ਲੋਕਾਂ ਦੇ ਡਰ ਤੋਂ ਮਟਾਉਂਦੀ ਤੇ ਹੋਏਗੀ, ਕਿਸੇ ਨੂੰ ਮੇਰੀ ਯਾਦ ਆਉਂਦੀ ਤੇ ਹੋਏਗੀ। ਈਦਾਂ ਨੂੰ ਯਾਸ਼ਬ ਰਾਤਾਂ ਨੂੰ ਰੋ ਕੇ, ਹਾਏ ਈਦਾਂ ਨੂੰ ਯਾਸ਼ਬ ਰਾਤਾਂ ਨੂੰ ਰੋ ਕੇ, ਹਿਜਰ ਦੀਆਂ ਕਾਲੀਆਂ ਰਾਤਾਂ ਨੂੰ ਰੋ ਕੇ, ਹਿਜਰ ਦੀਆਂ ਕਾਲੀਆਂ ਰਾਤਾਂ ਨੂੰ ਰੋ ਕੇ, ਇਸ਼ਕ ਦੀਆਂ ਸਾਰੀਆਂ ਬਾਤਾਂ ਨੂੰ ਰੋ ਕੇ, ਤੇ ਸੋਚਾਂ ਨੂੰ ਹੱਸ ਕੇ ਹਾਲਾਤਾਂ ਨੂੰ ਰੋ ਕੇ। ਵਾਹ, ਸੋਚਾਂ ਨੂੰ ਹੱਸ ਕੇ ਹਾਲਾਤਾਂ ਨੂੰ ਰੋ ਕੇ, ਨਵੇਂ ਕੱਪੜੇ ਰੋ ਰੋ ਕੇ ਪਾਉਂਦੀ ਤੇ ਹੋਏਗੀ, ਕਿਸੇ ਨੂੰ ਮੇਰੀ ਯਾਦ ਆਉਂਦੀ ਤੇ ਹੋਏਗੀ। ਨਵੇਂ ਕੱਪੜੇ ਰੋ ਰੋ ਕੇ ਪਾਉਂਦੀ ਤੇ ਹੋਏਗੀ। ਡਾਕਟਰਾਂ ਨੇ ਟੈਸਟ ਕੀਤੇ, ਕੁਝ ਨਹੀਂ ਰਿਕਾਰਡ ਵਿੱਚ। ਮੈਂ ਤਾਂ ਘਰ ਆ ਗਿਆ, ਦਿਲ ਮੇਰਾ ਵਾਰਡ ਵਿੱਚ। ਇਹ ਕਿਸੇ ਨੂੰ ਭੇਜਿਆ ਵੀ, ਸੁਣਾਇਆ ਵੀ ਸੀ ਕਦੇ? ਹਾਂਜੀ, ਉਹ ਜੇ ਜਨਾਬ ਇਹ ਕਿਤਾਬ ਦੇ ਵਿੱਚ ਰੱਖ ਕੇ ਭੇਜਿਆ ਸੀ। ਅੱਛਾ, ਤੋ ਅੱਗੋਂ ਕੀ ਆਇਆ? ਅੱਗੋਂ ਕਿ ਕਿਤਾਬ ਮੇ ਮੈਨੇ ਰੱਖ ਕੇ ਭੇਜਾ ਥਾ ਗੁਲਾਬ, ਤੋ ਪੱਥਰ ਆਇਆ ਹੈ ਉਸਕੇ ਜਵਾਬ ਮੇ ਮੁਝਕੋ ਜਵਾਬ। ਹਾਂਜੀ, ਨਹੀਂ ਖੁੱਲ ਕੇ ਗੱਲ ਕਰੋ, ਕੋਈ ਕੋਈ ਟੈਨਸ਼ਨ ਨਹੀਂ। ਖੁੱਲ ਕੇ ਫਿਰ ਅੱਗੋਂ ਕੀ ਆਇਆ ਜਦੋਂ ਤੁਸੀਂ ਭੇਜਿਆ? ਹਾਂਜੀ, ਇਹ ਕਿਸੇ ਮਖਸੂਸ ਨੂੰ ਜ਼ਿਹਨ ਚ ਰੱਖ ਕੇ ਲਿਖਿਆ ਗਿਆ ਸੀ ਸ਼ਖਸ ਨੂੰ? ਹਾਂਜੀ, ਜ਼ਾਹਰ ਹੈ ਉਸ ਵੇਲੇ ਤੇ ਜਿਹੜਾ ਨਾ ਉਹ ਕੋਈ ਛਬੀ ਸੀ, ਕੋਈ ਪੂਰੇ ਮੁਆਸ਼ਰੇ ਲਈ ਨਹੀਂ ਲਿਖਿਆ ਜਾਂਦਾ ਉਸ ਉਮਰ ਦੇ ਵਿੱਚ, ਉਸ ਵੇਲੇ ਤੇ ਮਖਸੂਸ। ਨਹੀਂ ਨਹੀਂ, ਮਤਲਬ ਇੱਕ ਇੱਕ ਨੇ ਨਹੀਂ ਰੱਖਿਆ, ਬੰਦਾ ਦੂਜੇ ਦੇ ਦੇਵੇ, ਉਹ ਨਾ ਰੱਖੇ ਤੀਜੇ ਦੇ ਦੇਵੇ। ਨਹੀਂ ਫਿਰ ਇਹ ਇਹ ਇਹਨਾਂ ਦੀ ਬੇਇੱਜ਼ਤੀ ਬਰਦਾਸ਼ਤ ਵੀ ਨਹੀਂ ਹੁੰਦੀ ਨਾ। ਹਾਂ, ਉਹ ਇਹ ਉਹਨਾਂ ਬਰਦਾਸ਼ਤ ਵੇਖਦੇ ਨੇ, ਤੇ ਜਵਾਨੀ ਦੇ ਵਿੱਚ ਬੰਦਾ ਪੂਰੇ ਮੁਆਸ਼ਰੇ ਦੀ ਕੂਵਤ ਤੇ ਮੁਦਾਫਤ ਜਾਂ ਬਰਦਾਸ਼ਤ ਵੇਖਣ ਦੀ ਕੋਸ਼ਿਸ਼ ਕਰਦਾ ਨਾ, ਤੇ ਫਿਰ ਆਪ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ। ਤੇ ਉਹ ਇਸ ਲਈ ਆਪਣੀ ਔਕਾਤ ਦੇ ਵਿੱਚ ਰਹਿਣਾ ਚਾਹੀਦਾ, ਸਮਝ ਆਈ? ਔਰ ਆਪਣੀ ਜ਼ਾਤ ਦੇ ਵਿੱਚ ਰਹਿਣਾ। ਕੋਈ ਐਸੀ ਮੁਹਤਰਮਾ ਜਿਹੜੀ ਤੁਹਾਡੀ ਸ਼ਾਇਰੀ ਦੇ ਉੱਪਰ ਲਾਟੂ ਹੋ ਗਈ ਹੋਵੇ ਔਰ ਇਸ਼ਕ 'ਚ ਮੁਬਤਲਾ ਹੋ ਗਈ ਹੋਵੇ ਔਰ ਕਹਿ ਗਈ ਹੋਵੇ ਕਿ ਵੀ ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦੀ, ਕੋਈ ਐਸਾ ਵਾਕਿਆ? ਕੈਮਰੇ ਬੰਦ ਕਰਾ ਦਾ ਜ਼ਰਾ ਕਰਕੋ, ਓਏ ਕੈਮਰਾ ਮੈਨੂੰ ਅੱਗੇ ਹੱਥ ਕਰ। ਕੋਈ ਨੀ ਜਨਾਬ, ਉਹ ਗੱਲ ਓਏ ਕੈਮਰਿਆਂ ਕੈਮਰਿਆਂ ਨੂੰ ਹਿਜਾਬ ਕਰਾ ਦਿਓ ਇੰਜ ਕਰਕੇ। ਇਹਦਾ ਇਹ ਦਿਨ ਸੀ, ਮੇਰੀ ਹਰ ਗੱਲ ਦਾ ਜਵਾਬ ਦੇਣਗੇ ਲੇਕਿਨ ਤਰੀਕੇ ਨਾਲ। ਈਦ ਦਾ ਇਹ ਦਿਨ ਸੀ, ਲੀੜੇ ਨਵੇਂ ਪਾਏ। ਹਾਏ, ਲੀੜੇ ਨਵੇਂ ਪਾਏ ਸੀ, ਲੀੜੇ, ਵਾਹ। ਹੰਝੂ ਹਾਸੇ ਪਲਕਾਂ ਚ ਫਿਰ ਮੈਂ ਲੁਕਾਏ ਸੀ। ਹੰਝੂ ਹਾਸੇ ਪਲਕਾਂ ਚ ਫਿਰ ਮੈਂ ਲੁਕਾਏ ਸੀ। ਅਪਸੈਟ ਦਿਲ ਦਾ ਖਰਾਬ ਕੋਈ ਵਾਲ ਸੀ, ਅਪਸੈਟ ਦਿਲ ਦਾ ਖਰਾਬ ਕੋਈ ਵਾਲ ਸੀ। ਐਮਰਜੈਂਸੀ ਪਹੁੰਚਿਆ ਤੇ ਬੇਗਮ ਮੇਰੀ ਨਾਲ ਸੀ। ਮਤਲਬ ਇਹ ਫਾਇਦਾ ਕੋਈ ਨੀ ਐਮਰਜੈਂਸੀ ਆਉਣ ਦਾ ਨਾ, ਬੇਗਮ ਦੇ ਨਾਲ ਸੀ। ਹਾਂਜੀ, ਸੁਭਾਨ ਅੱਲਾ, ਜਾਣੀ ਜਾਣੋ ਭਜਨ। ਵੇਖਿਆ ਮੈਂ ਵਾਰਡ ਵਿੱਚ ਰੂਪ ਦੀ ਬਹਾਰ ਸੀ, ਮੇਰਾ ਜਵਾਬ ਮਿਲਣ ਲੱਗਾ। ਵੇਖਿਆ ਮੈਂ ਵਾਰਡ ਵਿੱਚ ਰੂਪ ਦੀ ਬਹਾਰ ਸੀ, ਚਾਂਦਨੀ ਸੀ ਚਾਂਦਨੀ, ਦੀਵਾਰਾਂ ਤੇ ਨਿਖਾਰ ਸੀ, ਚਾਂਦਨੀ ਹੀ ਚਾਂਦਨੀ, ਦੀਵਾਰਾਂ ਤੇ ਨਿਖਾਰ ਸੀ, ਦੀਵਾਰਾਂ ਤੇ ਨਿਖਾਰ ਸੀ। ਰੱਬ ਨੇ ਅਸਿਸਟੈਂਟ ਸਟਾਫ ਕੀ ਬਣਾਈ ਸੀ, ਸਿਸਟਰ ਸਟਾਫ ਕੀ ਬਣਾਈ ਸੀ, ਖੁਸ਼ਬੂ ਚ ਸਾਂਭੀ ਹੋਈ ਸ਼ਫਾਫ ਕੀ ਬਣਾਈ, ਵਾਹ ਵਾਹ, ਖੁਸ਼ਬੂ ਚ ਸਾਂਭੀ ਹੋਈ ਸ਼ਫਾਫ ਕੀ ਬਣਾਈ ਸੀ, ਮਿੱਠਾ ਮਿੱਠਾ ਬੋਲਦੀ ਸੀ, ਦੇਖਣੀ ਵੀ ਠੀਕ ਸੀ। ਮਿੱਠਾ ਮਿੱਠਾ ਬੋਲਦੀ ਸੀ, ਦੇਖਣੀ ਵੀ ਠੀਕ ਸੀ, ਟੀਕਾ ਜੋ ਲਗਾਉਂਦੀ ਸੀ ਨਾ ਸੋਈ ਵੀ ਬਰੀਕ। ਟੀਕਾ
टीका जो लगांदी सी ना सुई भी बरीक सी शिलिंग या कलाटिंग या वाल कोई बुला के आ शिलिंग या कलाटिंग या वाल कोई खराब आ जदों तक ड्यूटी ते है दिल ठीक ठाक आ कलाटिंग या वाल कोई खराब आ बुला के आ जदों तक ड्यूटी ते आ दिल ठीक ठाक आ दिल दे इलाज च रुपया बड़ा हम दिल दे इलाज रुपया बड़ा हम रुपया बड़ा हम पर एदे नालों नर्स दा रुपया बड़ा हम एदे नालों नर्स दा रुपया बड़ा हम ओहो हो वाकई आज आके बोलिया ताया जी करोड़ के आज आके बोलिया ताया जी करोड़ के टुटा होया दिल उन्हें रख दिता तोड़ के टुटा होया दिल उन्हें रख दिता तोड़ के टुटा आया दिल उन्हें रख दिता तोड़ के तोड़ के कैसे ने रवैये थे कैसा है समाज या खेज कट रहे कैसे ने रवैये थे कैसा है समाज या उन के तो ठीक होना दिल लाल आ गया ਡਾਕਟਰਾਂ ਨੇ ਟੈਸਟ ਕੀਤੇ ਕੁਝ ਨਹੀਂ ਰਿਕਾਰਡ ਵਿੱਚ ਮੈਂ ਤਾਂ ਘਰ ਆ ਗਿਆ ਦਿਲ ਮੇਰਾ ਵਾਰਡ ਵਿੱਚ ਮੈਂ ਤਾਂ ਘਰ ਆ ਗਿਆ ਪਰ ਦਿਲ ਮੇਰਾ ਵਾਰਡ ਵਿੱਚ ਲਓ ਜੀ ਭਾਜੀ ਮੈਂ ਇਹਨਾਂ ਨੂੰ ਬਾਹਰੋਂ ਕੁਛ ਖਵਾ ਪਿਆ ਈਦ ਆ ਤੁਹਾਡੇ ਕੋਲ ਤੇ ਸਿਰਫ ਚਾਹ ਵਾ ਨਹੀਂ ਚਾਹ ਦੇ ਨਾਲ ਸਾਡੇ ਕੋਲ ਪਾਣੀ ਵੀ ਆ ਕੁਛ ਵੀ ਨਹੀਂ ਤੁਹਾਡੇ ਕੋਲ ਹੋਰ ਆ ਰਸ ਜਿਹੜੇ ਪਿਛਲੀ ਈਦ ਦੇ ਆ ਅੱਧੇ ਤੇ ਅੱਧੇ ਉਸ ਤੋਂ ਪਿਛਲੀ ਈਦ ਦੇ ਆ ਭਾਜੀ ਈਦ ਵਾਲੇ ਦਿਨ ਤੇ ਘਰੋਂ ਖਾ ਲਿਆ ਕਰੋ ਕੋਈ ਗੱਲ ਗੈਸਟ ਪਿਕਚਰ ਜੀ 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 ਸੁਭਾਨ ਅੱਲਾਹ ਮੂੰਹ ਨਾਲ ਆਵਾਜ਼ ਵੀ ਆਏਗੀ ਕਿਹਾ ਦੇਖਣਾ ਹੈ ਕਿਉਂ ਜੀ ਮੈਯਤ ਕੋ ਕਹਿ ਰਹੇ ਹੈ ਜ਼ਰਾ ਮੁਸਕਰਾਈਏ ਕੀ ਬਾਤ ਵਾਹ